ਕਿ ਬਈ ਇੰਡੀਅਨ ਰੈਸਟੋਰੈਂਟ ਮਿਲ ਜਾਂਦਾ ਤਾਂ ਕਿਆ ਬਦਤਮੀਜ਼ੀ ਹੈ ਇਹ। ਰਸ਼ੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕੈਨੇਡਾ ਬਾਏ ਰੋਡ ਆਵੇ, ਪੁਰਾਣਾ ਗਾਣਾ ਸੀਗਾ ਇੱਕ। ਹੈਲੋ, 400 ਪਾਊਂਡਸ ਦੇ ਵਿੱਚ ਲਿਖਿਆ ਹੋਇਆ। ਕੁਛ ਗੋਰੇ ਬਦਤਮੀਜ਼ ਆ ਜਿਹੜੇ ਬਦਤਮੀਜ਼ੀ ਕਰ ਰਹੇ ਆ, ਪਿੱਛੇ ਵਾਲੀਆਂ ਕੁੜੀਆਂ ਵੀ ਫੁੱਲ ਰੌਲਾ ਪਾ ਰਹੀਆਂ, ਉਹ ਵੀ ਕਹਿੰਦੀਆਂ ਬੋਲੀ ਜਾਣ ਦੋ। ਕਿਉਂ ਪੀ ਰਹੇ ਹੋ ਵੀ, ਸਿਗਰਟ ਪੀ ਰਹੇ ਹੋ? ਇੱਥੇ ਮਨਾ ਹੈ, ਪਬਲਿਕ 'ਚ ਨਹੀਂ ਪੀ ਸਕਦੇ, ਇੱਥੇ ਕਈ ਥਾਵਾਂ 'ਤੇ ਲਿਖਿਆ ਹੋਇਆ ਪਬਲਿਕ ਪਲੇਸ 'ਤੇ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਬਈ ਮੈਂ ਇਸ ਟਾਈਮ ਕੁਸ਼ਵਾਹਾ ਦੇ ਵਿੱਚ, ਬਈ ਕੁਸ਼ਵਾਹਾ ਦੁਨੀਆ ਦਾ ਆਖਰੀ ਸ਼ਹਿਰ ਹੈ ਬਈ। ਵੈਸੇ ਬਈ ਚਿੱਲੀ ਦੇ ਵਿੱਚ ਪੁੰਟੋ ਐਰੀਨਸ ਕਰਕੇ ਸ਼ਹਿਰ ਹੈ, ਉਹ ਬਹੁਤ ਦੂਰ ਹੈ ਇੱਥੋਂ। ਲੋਕ ਉਹਨੂੰ ਵੀ ਕਹਿ ਦਿੰਦੇ ਆ ਕਿ ਬਈ ਮੈਂ ਚਾਹਵਾਂ ਤਾਂ ਮੈਂ ਉਸ ਸ਼ਹਿਰ ਵੀ ਜਾ ਸਕਦਾ, ਪਰ ਉਹ ਬਹੁਤ ਨੌਰਥ ਦੇ ਵਿੱਚ ਹੈ। ਉਸ਼ਵਾਇਆ ਆਖਰੀ ਸ਼ਹਿਰ, ਉਸ਼ਵਾਇਆ ਤੋਂ ਥੱਲੇ ਇੱਕ ਚਿੱਲੀ ਦਾ ਪਿੰਡ ਪੈਂਦਾ, ਉਹਦੀ ਪਾਪੂਲੇਸ਼ਨ 1800, ਉਸ਼ਵਾਇਆ ਦੀ ਪਾਪੂਲੇਸ਼ਨ 82,000 ਤੇ ਉਸ ਪੁੰਟੋ ਐਰੀਨਸ ਦੀ ਪਾਪੂਲੇਸ਼ਨ 2.25 ਲੱਖ। ਲੇਕਿਨ ਬਈ ਉਹ ਤਾਂ ਇਹਨਾਂ ਵਿੱਚ ਆਉਂਦਾ ਹੀ ਨਹੀਂ ਗਾ। ਚਿੱਲੀ ਦਾ ਜਿਹੜਾ ਉਹ ਪਿੰਡ ਹੈ ਬਈ, ਉਹ ਉਸ਼ਵਾਇਆ 'ਤੇ ਟੋਟਲੀ ਡਿਪੈਂਡ ਹੈ, ਇੱਥੋਂ ਬਹੁਤ ਨੇੜੇ ਆ। ਚਾਹਵਾਂ ਤਾਂ ਮੈਂ ਉੱਥੇ ਵੀ ਜਾ ਸਕਦਾ, ਤਿੰਨਾਂ 'ਚ ਹੀ ਜਾ ਸਕਦਾ ਮੈਂ ਤਾਂ, ਪਰ ਬਈ ਜੋ ਸੱਚ ਆ ਉਹ ਸੱਚ ਆ। ਆਖਰੀ ਸ਼ਹਿਰ ਹੈ ਦੁਨੀਆ ਦਾ ਬਈ, ਇਸ ਤੋਂ ਅੱਗੇ ਅੰਟਾਰਟਿਕਾ, ਇਸ ਤੋਂ ਅੱਗੇ ਕੋਈ ਦੁਨੀਆ ਦਾ ਸ਼ਹਿਰ ਨਹੀਂ ਹੈ। ਤੇ ਅੱਜ ਦੇਖਾਂਗੇ ਆਪਾਂ ਉਹ ਕਿ ਇਹ ਦੁਨੀਆ ਦਾ ਆਖਰੀ ਸ਼ਹਿਰ ਕਿੱਦਾਂ ਦਾ ਦੇਖਦਾ, ਕੀ ਮਾਹੌਲ ਚਾਲ ਹੈ, ਕੀ ਚੱਲਦਾ ਇੱਥੇ, ਤੇ ਦੁਨੀਆ ਤੋਂ ਇੰਨੀ ਦੂਰ ਇੰਨਾ ਅਲੱਗ, ਕਿਉਂਕਿ ਅਰਜਨਟੀਨਾ ਦੀ ਪਾਪੂਲੇਸ਼ਨ ਵੈਸੇ ਬਹੁਤ ਘੱਟ ਆ ਔਰ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਦੇਸ਼ ਹੈ। ਥੋੜ੍ਹੇ ਜਿਹੇ ਲੋਕ ਰਹਿੰਦੇ ਨੇ ਔਰ ਇਸ ਸ਼ਹਿਰ ਦੇ ਵਿੱਚ ਵੀ ਬਈ ਥੋੜ੍ਹੇ ਜਿਹੇ ਲੋਕ ਰਹਿੰਦੇ ਨੇ। ਅਸੀਂ ਥੋੜ੍ਹਾ ਜਿਹਾ ਬਾਹਰ ਇਸ ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ ਇੱਕ ਅਪਾਰਟਮੈਂਟ ਲਿਆ ਹੋਇਆ, ਤੇ ਹੁਣ ਚੱਲਦੇ ਹਾਂ ਆਪਾਂ ਸ਼ਹਿਰ ਦੇ ਵਿੱਚ ਤੇ ਦਿਖਾਉਂਦੇ ਹਾਂ ਕੀ ਨਜ਼ਾਰਾ। ਇੱਥੋਂ ਬਈ ਇੱਕ ਅਸੀਂ ਉਬਰ ਬੁੱਕ ਕੀਤੀ ਹੈ ਤੇ ਜਾ ਰਹੇ ਹਾਂ ਹੁਣ ਅਸੀਂ ਵੈਸਟਰਨ ਯੂਨੀਅਨ, ਕਿਉਂਕਿ ਬਈ ਵੈਸਟਰਨ ਯੂਨੀਅਨ ਤੋਂ ਹੀ ਪੈਸੇ ਲੈਣੇ ਪੈਣਗੇ। ਅਸੀਂ ਮੰਗਾਇਆ, ਵੈਸੇ ਸਾਡੇ ਕੋਲ ਡਾਲਰ ਵੀ ਹੈਗਾ, ਯੂਰੋ ਵੀ ਹੈਗਾ, ਪਰ ਇੱਥੇ ਰੇਟ ਐਕਸਚੇਂਜ ਰੇਟ ਬਹੁਤ ਖਰਾਬ ਦੇ ਰਿਹਾ, ਜਿਹੜਾ ਇੰਟਰਨੈਟ ਤੇ ਚੱਲ ਰਿਹਾ ਉਹ ਦੇ ਰਿਹਾ, ਪਰ ਅਸਲ ਦੇ ਵਿੱਚ ਵੀ ਬਲੈਕ ਮਾਰਕੀਟ ਕਰਕੇ ਇੱਥੇ ਰੇਟ ਜ਼ਿਆਦਾ ਮਿਲਦਾ। ਵੈਸਟਰਨ ਯੂਨੀਅਨ ਵਾਲੇ 1020 ਦੇ ਰਹੇ ਆ ਡਾਲਰ ਦਾ ਰੇਟ, ਜਿਹੜਾ ਕਿ ਅਨਆਫੀਸ਼ੀਅਲ ਰੇਟ ਹੈ ਬਲੈਕ ਮਾਰਕੀਟ ਵਾਲਾ, ਸੋ ਉਹ ਮਿਲ ਰਿਹਾ ਅਤੇ ਉਹ ਲੈਣ ਜਾ ਰਹੇ ਹਾਂ ਆਪਾਂ। ਸਭ ਤੋਂ ਪਹਿਲਾਂ ਵੈਸਟਰਨ ਯੂਨੀਅਨ, ਆ ਸੰਡੇ ਹੈ, ਵੈਸਟਰਨ ਯੂਨੀਅਨ ਵੀ ਬਾਈ ਬਹੁਤ ਸਾਰੇ ਬੰਦ ਆ, ਬਸ ਖੁੱਲ੍ਹਾ ਹੋਵੇ, ਨਹੀਂ ਤਾਂ ਫਿਰ ਕਾਰਡ ਯੂਜ਼ ਕਰਦੇ ਹਾਂ ਤਾਂ ਬਾਈ ਥੋੜ੍ਹਾ ਜਿਹਾ ਨਾ ਨੁਕਸਾਨ ਹੋ ਜਾਂਦਾ। ਲਓ ਵੀ ਪਤਾ ਨਹੀਂ ਕਿੱਥੇ ਹੀ ਆ ਗਏ ਅਸੀਂ, ਕਹਿ ਤਾਂ ਰਿਹਾ ਵੀ ਇੱਥੇ ਆ ਵੈਸਟਰਨ ਯੂਨੀਅਨ, ਪਰ ਇੱਥੇ ਤਾਂ ਦੇਖ ਨਹੀਂ ਰਿਹਾ ਯਾਰ, ਆ ਵੀਜ਼ਾ ਵੂਜ਼ਾ ਲਿਖਿਆ ਤਾਂ ਹੋਇਆ। ਸੜਕ ਦੇ ਇੱਧਰਲੇ ਪਾਸੇ ਬਣਾਇਆ ਛੋਟਾ ਜਿਹਾ, ਦੇਖਿਓ ਦਿਖ ਵੀ ਨਹੀਂ ਰਿਹਾ। ਇੱਥੇ ਰਿਵਿਊ ਸੀਗੇ, ਨਵਨਕੁਰ ਬਾਈ ਕਹਿੰਦੇ ਮੈਂ ਪੜ੍ਹਿਆ, ਕਹਿੰਦਾ ਕਈਆਂ ਕੋਲ ਪੈਸੇ ਹੁੰਦੇ ਹੀ ਨਹੀਂ ਗੇ। ਬੰਦ ਹੈ, ਬੰਦ ਲੱਗ ਰਿਹਾ ਬਈ ਮੈਨੂੰ ਤਾਂ, ਖੁੱਲ੍ਹਾ ਇਹੀ ਆ ਗਿਆ। ਇਸ ਵੈਸਟਰਨ ਯੂਨੀਅਨ ਦਾ ਤਾਂ ਹੋ ਗਿਆ ਕੰਮ, ਇਹ ਤਾਂ ਬੰਦ ਪਿਆ, ਔਨਲਾਈਨ ਦਿਖਾ ਰਿਹਾ ਸੀ ਖੁੱਲ੍ਹਾ ਹੈ ਪਰ ਬੰਦ ਹੈ। ਇੱਥੇ ਸਾਰੇ ਬੰਦ ਹੀ ਹੋਣਗੇ, ਅੱਜ ਨਾ ਸੰਡੇ ਆ, ਛੋਟਾ ਜਿਹਾ ਸ਼ਹਿਰ, ਕੁੱਤੇ ਬਹੁਤ ਖਤਰਨਾਕ ਆ ਬਈ ਇੱਥੇ, ਮਤਲਬ ਅਵਾਰਾ ਕੁੱਤੇ ਬਹੁਤ ਜ਼ਿਆਦਾ ਨੇ ਅਰਜਨਟੀਨਾ ਦੇ ਵਿੱਚ ਸਾਰੇ ਸ਼ਹਿਰਾਂ 'ਚ। ਜਿਹੜਾ ਬੋਇਨਸ 'ਚ ਮੈਂ ਘੱਟ ਦੇਖੇ ਸੀਗੇ, ਬੋਇਨਸ ਐਰਿਸ, ਵੈਸੇ ਇਹਨੂੰ ਬੋਇਨਸ ਕਹਿਣਾ ਨਾ, ਉਹ ਕਹਿੰਦੇ ਬੋਇਨਸ ਐਰਿਸ, ਜਿਵੇਂ ਹੁਣ ਇੰਡੀਆ ਦੀ ਕੈਪੀਟਲ ਨਿਊ ਦਿੱਲੀ ਆ, ਅਤੇ ਆਪਾਂ ਨੂੰ ਕਹਿੰਦੇ ਨਿਊ, ਮੈਂ ਨਿਊ ਜਾਣਾ, ਕਿਉਂਕਿ ਨਿਊ ਜਾਣਾ ਨਿਊ ਦਿੱਲੀ ਪੂਰਾ ਕਹਿਣਾ ਪਊਗਾ, ਇਕੱਲਾ ਬੋਇਨਸ ਕਹਿੰਦੇ ਤਾਂ ਉਹ ਕੰਮ ਨਹੀਂ ਚੱਲਦਾ। ਅਤੇ ਹੁਣ ਚੱਲਦੇ ਆਪਾਂ ਇਹਦੇ ਸਿਟੀ ਸੈਂਟਰ ਦੇ ਅੰਦਰ। ਵੈਸੇ ਅਸੀਂ ਕੋਈ ਬਹੁਤਾ ਦੂਰ ਨਹੀਂ ਆ ਸ਼ਹਿਰ ਤੋਂ, ਨੋਰਮਲ ਇਹਨਾਂ ਦਾ ਰੈਜੀਡੈਂਸ਼ੀਅਲ ਏਰੀਆ, ਦੇਖੋ ਕਿੰਨਾ ਸੁੰਨਸਾਨ ਜਿਹਾ, ਬਿਲਕੁਲ ਸੁੰਨਾ ਸੁੰਨਾ ਜਿਹਾ ਪਿਆ। ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਨੇ ਬਈ, ਉਹ ਸਾਰੇ ਵੈਸੇ ਵੀ ਇੱਥੇ ਕਰਨ ਨੂੰ ਬਹੁਤ ਸਾਰੀਆਂ ਚੀਜ਼ਾਂ, ਇੱਕ ਤਾਂ ਦੁਨੀਆ ਦਾ ਆਖਰੀ ਸ਼ਹਿਰ ਹੈ, ਇੱਥੇ ਇੱਕ ਟ੍ਰੇਨ ਚੱਲਦੀ ਹੈ, ਇੱਕ ਹੋਰ ਇੱਕ ਦੋ ਚੀਜ਼ਾਂ ਚੱਲਦੀਆਂ, ਉਹ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਦੇਖਣ ਨੂੰ ਮਿਲਣਗੀਆਂ। ਅਤੇ ਉਸ ਤੋਂ ਇਲਾਵਾ ਕੁਛ ਲੋਕ ਬਈ ਜਿਹੜੇ ਅੰਟਾਰਟਿਕਾ ਜਾਣਾ ਚਾਹੁੰਦੇ ਨੇ ਜਿਵੇਂ ਕਿ ਅਸੀਂ ਆਏ ਹਾਂ, ਅਤੇ ਉਵੇਂ ਅੰਟਾਰਟਿਕਾ ਜਾਣ ਲਈ ਬਹੁਤ ਸਾਰੇ ਲੋਕ ਇਸ ਸ਼ਹਿਰ ਨੂੰ ਵਿਜ਼ਿਟ ਕਰਦੇ ਨੇ। ਇਹ ਨਾ ਪੂਰੇ ਅਰਜਨਟੀਨਾ ਦੇ ਵਿੱਚ ਹੈ, ਜ਼ਿਆਦਾਤਰ ਰੋਡਸ ਨਾ ਵਨ ਵੇ ਹੈ ਬਈ ਇੱਥੇ, ਆ ਦੇਖਿਓ ਇਹ ਸਾਰੀਆਂ ਵਨ ਵੇ ਹੈ, ਇੱਧਰ ਨੂੰ ਜਾ ਰਹੀਆਂ, ਉਹ ਦੇਖੋ ਉੱਧਰੋਂ ਆਈ ਉੱਧਰ ਗਈ, ਇੱਧਰੋਂ ਟੈਕਸੀਆਂ ਸਿਰਫ ਇੱਧਰੋਂ ਆਉਣਗੀਆਂ, ਇੱਧਰੋਂ ਸਿਰਫ ਇੱਧਰੋਂ ਆਉਣਗੀਆਂ, ਅਤੇ ਇੱਧਰ ਨੂੰ ਜਾਣਗੇ ਆ ਸਾਹਮਣੇ। ਵੀ ਪਤਾ ਨਹੀਂ ਕਿੱਦਾਂ ਇਹਨਾਂ ਨੇ ਇਸ ਸ਼ਹਿਰ ਨੂੰ ਮੈਨੇਜ ਕੀਤਾ, ਇਸ ਸ਼ਹਿਰ ਨੂੰ ਵੀ ਪੂਰੇ ਬੋਇਨਸ ਐਰਿਸ ਦੇ ਵਿੱਚ ਵੀ ਬਈ ਇਹਨਾਂ ਦੀ ਕੈਪੀਟਲ 'ਚ ਵੀ ਇੱਦਾਂ ਸੀ, ਜ਼ਿਆਦਾਤਰ 90% ਰੋਡਸ ਮੈਨੂੰ ਨਾ ਵਨ ਵੇ ਦਿਖੀਆਂ ਉੱਥੇ ਅੰਦਰ ਵਾਲੀਆਂ, ਜਿਵੇਂ ਚੰਡੀਗੜ੍ਹ ਦੇ ਵਿੱਚ ਹੁਣ ਇਹ ਸਿਸਟਮ ਕਰਦੇ ਜਾ ਰਹੇ ਆ। ਕਾਫੀ ਮੈਨੇਜਡ ਨੇ ਬਈ ਇਹ ਸ਼ਹਿਰ ਨਾ, ਮਤਲਬ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ। ਆ ਗਈ ਵੀ ਸਾਡੀ ਟੈਕਸੀ ਪੁੰਟੋ, ਚਲੋ ਵੀ ਚੱਲੀਏ ਹੁਣ ਆਪਾਂ। ਭੈਣ ਜੀ ਆਇਆ ਲੈਣ ਅਤੇ
ਬਈ ਇਹ ਬਿਲਕੁਲ ਦੇਖੋ ਉੱਥੋਂ ਉਹਨਾਂ ਨੇ ਮਤਲਬ ਜਾਣਾ ਸੀ ਉਧਰਲੇ ਪਾਸੇ ਸੀਗਾ, ਪਰ ਬਿਲਕੁਲ ਘੁਮਾ ਕੇ ਘੁੰਮ ਕੇ ਜਾਣਾ ਪਊਗਾ ਕਿਉਂਕਿ ਇਹ ਸਾਰੀਆਂ ਵਨ ਵੇ ਰੋਡਸ ਨੇ ਬਈ। ਇਹ ਚੀਜ਼ ਮੈਨੂੰ ਕਾਫੀ ਵਧੀਆ ਲੱਗੀ। ਖਰਾਬ ਹੀ ਰੇਟ ਦਿੰਦੇ ਆ, ਸ਼ਾਇਦ ਖਰਾਬ ਹੀ ਦੇਊਗਾ, ਫਿਰ ਨਹੀਂ ਲਵਾਂਗੇ, ਕੱਲ ਲੈ ਲਾਂਗੇ, ਕਾਰਡ ਯੂਜ਼ ਕਰ ਲਾਂਗੇ। ਬਈ ਕਰਾ ਲੈ ਚੇਂਜ, ਪਰ ਮੈਂ 50 ਯੂਰੋ ਹੀ ਕਰਾ ਲਿਆ ਕਿਉਂਕਿ 300 ਯੂਰੋ ਤਾਂ ਸਾਡੇ ਵੈਸਟਰਨ ਯੂਨੀਅਨ 'ਚ ਪਏ ਆ, ਉਹ ਕਰਾ ਲਾਂਗੇ, ਬਾਕੀ ਬਈ ਹੁਣ ਕੰਮ ਚੱਲ ਜੂਗਾ। ਰੇਟ ਤਾਂ ਇਹਨੇ ਬਹੁਤ ਖਰਾਬ ਹੀ ਦਿੱਤਾ, ਮਤਲਬ 50 ਯੂਰੋ 'ਚ 5 ਯੂਰੋ ਇਹਨੇ ਕੱਟ ਲਏ, ਜਿਹੜੇ ਕਿ ਮਤਲਬ ਬਹੁਤ ਉਹ ਜ਼ਿਆਦਾ ਹੁੰਦੇ ਆ ਬਲੈਕ ਮਾਰਕੀਟ ਦੇ ਹਿਸਾਬ ਨਾਲ, ਪਰ ਚਲੋ ਹੁਣ ਲੈ ਲਏ ਜੋ ਵੀ ਹੈ। ਅਤੇ ਇਹ ਅੱਜ ਦਾ ਸਾਡਾ ਕੰਮ ਚੱਲ ਜੂਗਾ, ਕੁਛ ਐਂਟਰੈਂਸ ਟਿਕਟ ਵਗੈਰਾ ਜਿਹੜੀਆਂ ਕੱਲ੍ਹ ਦੇਣੀਆਂ, ਸਵੇਰੇ ਸਵੇਰੇ ਅਸੀਂ ਜਾਣਾ, ਇੱਕ ਟੂਰ ਬੁੱਕ ਕੀਤਾ ਉਹਦੇ ਲਈ, ਅਤੇ ਉਹ ਚੱਲ ਜੂਗਾ। ਬਾਕੀ ਬਈ ਫਿਰ ਉਸ ਤੋਂ ਬਾਅਦ 300 ਯੂਰੋ ਵੈਸਟਰਨ ਯੂਨੀਅਨ ਤੋਂ ਲੈ ਹੀ ਲਵਾਂਗੇ, ਅਤੇ ਉਸ ਤੋਂ ਬਾਅਦ ਤਾਂ ਫਿਰ ਅੰਟਾਰਟਿਕਾ ਹੀ ਚੱਲ ਜਾਂਗੇ, ਉੱਥੇ ਤਾਂ ਲੋੜ ਹੀ ਨਹੀਂ। ਸ਼ਹਿਰ ਦੀਆਂ ਮੇਨ ਆ ਗਈ ਮਤਲਬ ਸਿਟੀ ਸੈਂਟਰ ਦੇ ਵਿੱਚ, ਔਰ ਆਹ ਰੋਡ ਵੀ ਹੋਏ ਵਨ ਵੇ ਆ, ਦੇਖੋ ਸਾਰੀਆਂ ਇੱਧਰ ਨੂੰ ਜਾਣੀਆਂ। ਜੇ ਕਿਸੇ ਨੇ ਦੂਜੇ ਪਾਸੇ ਜਾਣਾ ਤਾਂ ਉੱਤੋਂ ਘੁੰਮ ਕੇ ਪਿਛਲੀ ਜਿਹੜੀ ਗਲੀ ਆ ਉਹ ਪਿਛਲੀ ਵੀ ਯਾਰ ਇੱਧਰ ਨੂੰ ਜਾ ਰਹੀ, ਉਸ ਤੋਂ ਪਿਛਲੀ ਹੋਊਗੀ ਜਿਹੜੀ ਉਹ ਜਾ ਰਹੀ ਹੋਊਗੀ ਇੱਧਰ ਨੂੰ। ਮਤਲਬ 6 ਯੂਰੋ, ਹਾਂ ਮਤਲਬ 6-7 ਯੂਰੋ ਇਹਨਾਂ ਨੇ ਕਰ ਲਏ। ਸੋ ਇਸ ਤੋਂ ਚੰਗਾ ਬਈ ਤੁਸੀਂ ਇਹ ਕਰਿਓ, ਆਪਦਾ ਕਿਸਾ ਕੋਈ ਬੰਦਾ ਨਾ ਇੱਦਾਂ ਦਾ ਲੱਭ ਕੇ ਲਿਆਇਓ ਜਿਹੜਾ ਤੁਹਾਨੂੰ ਵੈਸਟਰਨ ਯੂਨੀਅਨ ਕਰ ਸਕੇ ਅਰਜਨਟੀਨਾ ਦੇ ਵਿੱਚ, ਵੈਸਟਰਨ ਯੂਨੀਅਨ ਕਰਾਇਓ। ਕੈਸ਼ ਵੀ ਲੈ ਕੇ ਆਉਂਗੇ ਤਾਂ ਵੀ ਤੁਹਾਡਾ ਇੱਥੇ ਕਾਫੀ ਘਾਟਾ ਹੋ ਸਕਦਾ, ਔਰ ਕਾਰਡ 'ਤੇ ਤਾਂ ਬਈ ਘਾਟਾ ਹੈਗਾ ਹੀ ਹੈਗਾ। ਇੱਥੇ ਇੱਕ ਰੈਸਟੋਰੈਂਟ ਜਾ ਕੇ, ਇੱਥੇ ਚੱਲ ਰਿਹਾ ਮੈਚ ਅਰਜਨਟੀਨਾ ਬਈ, ਆਪਦੇ ਫੁੱਟਬਾਲ ਲਈ ਤਾਂ ਮੰਨਿਆ ਹੀ ਗਿਆ। ਫਿਰ ਰੈਸਟੋਰੈਂਟ ਬਹੁਤ ਮਹਿੰਗੇ ਮਹਿੰਗੇ ਆ ਬਈ, ਇੱਥੇ ਇੱਕ ਬਰਗਰ ਦਾ ਰੇਟ ਵੀ $10, $11, $12 ਅਰਜਨਟੀਨਾ ਦੇ ਹਿਸਾਬ ਨਾਲ ਤਾਂ ਨਾ ਅਸਮਾਨ ਹੈ ਰੇਟ, ਲੋਕਲ ਬੰਦਾ ਖਾ ਵੀ ਨਹੀਂ ਸਕਦਾ, ਲੋਕਲ ਬੰਦੇ ਦੀ ਤਾਂ ਇੰਨੀ ਸੈਲਰੀ ਨਹੀਂ ਹੈ, ਇਹ ਸਿਰਫ ਟੂਰਿਸਟ ਲਈ ਖੁੱਲ੍ਹੇ ਹੋਏ ਆ ਇਹ ਮੰਨ ਲਓ। ਇੱਥੇ ਆਹ ਇੱਕ ਮੰਗਾਇਆ ਸਮੋਸੇ ਟਾਈਪ ਹੀ ਹੁੰਦੇ ਆ, ਪਤਾ ਨਹੀਂ ਹੁਣ ਕਿੰਨੇ ਕੁ ਵਧੀਆ ਹੋਣਗੇ, ਮੰਗਾ ਲਏ ਪਰ ਵੈਜੀਟੇਰੀਅਨ ਉਹ ਹੈ ਕੁਛ, ਪਤਾ ਨਹੀਂ ਕਿਹੜੇ ਚਿਕਨ ਵਾਲੇ ਆ ਕਿਹੜੇ ਮੈਨੂੰ ਪਤਾ ਨਹੀਂ। ਅਤੇ ਆਹ ਬਈ ਚਲੋ ਖਾਈਏ ਹੁਣ ਬਈ, ਉਸ ਰੈਸਟੋਰੈਂਟ ਤੋਂ ਖਾ ਲਿਆ। ਆਹ ਰੇਟ ਲਿਖ ਰੱਖਿਆ ਸੀ 1100 ਦੇਵਾਂਗੇ 1 ਯੂਰੋ ਦਾ ਰੇਟ, ਮੈਂ ਕਿਹਾ ਚਲ ਯੂਰੋ 'ਚ ਪੇ ਕਰ ਦਾਂਗੇ, ਜਿਹੜੇ ਚੇਂਜ ਕਰਾਇਆ ਉਹ ਪਏ ਰਹਿਣਗੇ ਬਈ। ਜਦੋਂ ਮੈਂ ਮਤਲਬ ਇਹਨਾਂ ਐਵੇਂ ਲਿਖ ਦਿੰਦੇ ਆ ਵੀ ਜਾਂ ਲੋਕ ਜਿਹੜੇ ਆ ਉਹ ਖਾ ਲੈਣ, ਖਾ ਲਿਆ ਅਤੇ ਮੈਂ ਕਿਹਾ ਵੀ ਯਾਰ ਯੂਰੋ 'ਚ ਪੇ ਕਰਨਾ, ਜਿਵੇਂ ਮਤਲਬ ਯੂਰੋ 'ਚ ਪੇ ਕਰਨ ਲਈ ਮੈਂ ਦਿੱਤੇ, ਕਹਿੰਦੀ 9 ਯੂਰੋ। ਮੈਂ ਕਿਹਾ ਕਿ ਮਤਲਬ 1000 ਦਾ ਰੇਟ ਹੋਇਆ, ਫਿਰ ਮੈਂ ਕਿਹਾ ਪੈਸੋ 'ਚ ਹੀ ਦਊਂਗਾ, ਔਰ ਮੈਂ ਵੀ ਫਿਰ ਪੂਰੇ ਪੈਸੇ ਵਾਪਸ ਲਏ। ਆਪਾਂ ਚੱਲਦੇ ਹਾਂ ਹੁਣ ਸ਼ਹਿਰ ਘੁੰਮਦੇ ਹਾਂ, ਇੱਦਾਂ ਦਿਮਾਗ ਖਰਾਬ ਨਹੀਂ ਕਰਦੇ ਇੱਕ ਅੱਧੇ ਯੂਰੋ ਪਿੱਛੇ। ਆਹ ਬਾਈ ਕੁਛ ਵੇਚ ਰਿਹਾ, ਇੱਥੇ ਨਾ ਇੱਕ ਪੁਰਾਣੀ ਜੀ ਬੱਸ ਚੱਲਦੀ, ਉਹ ਬੱਸ ਦੀ ਸ਼ੇਪ ਵੀ ਕੁਛ ਇੱਦਾਂ ਦੀ ਹੈ, ਅਤੇ ਇੱਕ ਹੋਰ ਤਰ੍ਹਾਂ ਦੀ ਬੱਸ ਚੱਲਦੀ ਜਿਹੜੀ ਸਿਟੀ ਟੂਰ ਵਾਲੀ ਹੁੰਦੀ ਹੈ, ਪਰ ਅੱਜ ਯਾਰ ਮੀਂਹ ਪੈ ਰਿਹਾ, ਦਿਲ ਤਾਂ ਕਰ ਰਿਹਾ, ਪਰ ਫਿਰ ਵੀ ਮੈਂ ਕਹਿੰਦਾ ਜੇ ਇੰਨਾ ਕੁ ਵੀ ਰਹੇ ਤਾਂ ਵੀ ਠੀਕ ਹੈ, ਜਾਂ ਘੱਟ ਹੀ ਜਾਵੇ ਫਿਰ ਆਪਾਂ ਉਸ ਬੱਸ 'ਤੇ ਰਾਈਡ ਕਰਾਂਗੇ। ਡਿਫਰੈਂਟ ਹੈ ਟੋਟਲੀ, ਉੱਦਾਂ ਦੀ ਜਿਹੜੀਆਂ ਲਾਲ ਜੀਆਂ ਹੁੰਦੀਆਂ ਯੂਰਪ ਦੇ ਵਿੱਚ ਜਾਂ ਲੰਡਨ ਦੇ ਵਿੱਚ, ਉੱਦਾਂ ਦੀ ਨਹੀਂ ਹੈਗੀ, ਉਹ ਬਿਲਕੁਲ ਹੀ ਡਿਫਰੈਂਟ ਹੈ ਬਈ ਉਹ। ਹਾਂ ਓਕੇ ਬਾਈ, ਕਹਿੰਦਾ ਮੇਰਾ ਇੰਸਟਾਗ੍ਰਾਮ ਹੈ, ਓਕੇ ਥੈਂਕ ਯੂ। ਸੋ ਬਾਈ ਇਹਨੂੰ ਚੂਰੋ ਕਹਿੰਦੇ ਆ, $1 ਦਾ ਦਿੱਤਾ ਬਾਈ ਨੇ ਇਹ, ਅਤੇ ਬਾਈ ਲਾ ਕੇ ਬੈਠਾ ਸੀ। ਬਾਈ ਕਹਿੰਦਾ ਮੇਰਾ ਇੰਸਟਾਗ੍ਰਾਮ ਹੈ, ਦੇਖ ਲਿਓ ਬਾਈ, ਕਰ ਲਿਓ ਫੋਲੋ ਹੈ ਬਾਈ ਨੂੰ। ਇਹ ਚੀਜ਼ ਕੀ ਆ ਪਤਾ ਨਹੀਂ, ਪਰ ਕੁਛ ਮਿੱਠਾ ਹੀ ਆ, ਵਧੀਆ ਹੀ ਹੋਊਗਾ। ਓਕੇ ਥੈਂਕ ਯੂ, ਯਾ ਯੂ ਵੈਲਕਮ। ਚਲੋ ਬਾਈ ਚੱਲੀਏ, ਉਛਵਾਇਆ ਹੈ। ਅੱਛਾ ਬੜਾ ਵਧੀਆ ਸੀ ਚੂਰੂ ਬਾਈ ਦਾ ਜਿਹੜਾ ਸੀਗਾ, ਅਤੇ ਉਛਵਾਇਆ ਬਈ ਦੁਨੀਆਂ ਦਾ ਸਭ ਤੋਂ ਆਖਰੀ ਸ਼ਹਿਰ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਜਿਹੜਾ ਪੁੰਟੋ ਐਰੇਨਿਸ ਚਿਲੀ ਦੇ ਵਿੱਚ ਪੈਂਦਾ ਬਈ ਸ਼ਹਿਰ, ਉਹਨੂੰ ਤੁਸੀਂ ਆਖਰੀ ਨਹੀਂ ਕਹਿ ਸਕਦੇ ਕਿਉਂਕਿ ਉਹ ਸ਼ਹਿਰ ਕਾਫੀ ਜ਼ਿਆਦਾ ਇੱਥੋਂ ਨੌਰਥ ਦੇ ਵਿੱਚ ਆ ਬਈ। ਪਰ ਜਿਹੜਾ ਉਛਵਾਇਆ ਬਈ, ਜਿਵੇਂ ਮੁਰਮੰਸਕ ਵਾਲੇ ਪਾਸੇ, ਮੁਰਮੰਸ ਆਰਟਿਕ ਸਰਕਲ ਦੇ ਉੱਤੇ ਪੈਂਦਾ ਸੀ, ਇਹ ਅੰਟਾਰਟਿਕ ਸਰਕਲ ਦੇ ਨੇੜੇ ਪੈਂਦਾ ਬਈ ਬਿਲਕੁਲ, ਔਰ ਮਤਲਬ ਸਾਊਥ ਦੇ ਵਿੱਚ, ਸਾਊਥ ਤੋਂ ਮਤਲਬ ਸਾਊਥ ਦੇ ਵਿੱਚ ਇਸ ਤੋਂ ਥੱਲੇ ਕੋਈ ਹੋਰ ਸ਼ਹਿਰ ਨਹੀਂ ਹੈਗਾ, ਪਿੰਡ ਤਾਂ ਹੈਗਾ ਪਰ ਸ਼ਹਿਰ ਕੋਈ ਨਹੀਂ ਹੈਗਾ। ਘੁੰਮਦੇ ਆ ਫਿਰ ਦੁਨੀਆਂ ਦਾ ਆਖਰੀ ਸ਼ਹਿਰ, ਇਹਨੂੰ ਉਛਵਾਇਆ ਨੂੰ ਇੱਦਾਂ ਕਿਹਾ ਜਾਂਦਾ, ਉਛਵਾਇਆ ਦਾ ਐਂਡ ਆਫ ਵਰਲਡ।
ਵੈਸੇ ਤਾਂ ਇੰਡੀਆ 'ਚ ਕੰਨਿਆ ਕੁਮਾਰੀ ਹੋਰ ਬੜਿਆਂ ਨੂੰ ਤੁਸੀਂ ਕਹਿ ਦੋਗੇ ਸਾਊਥ ਅਫਰੀਕਾ 'ਚ, ਪਰ ਬਈ ਉਸ ਤੋਂ ਥੱਲੇ ਆ ਨਾ ਇਹ, ਉਹ ਇੰਡੀਆ 'ਚ ਵੀ ਉਹ ਸਾਊਥ 'ਚ ਆ ਪਰ ਇੰਨਾ ਸਾਊਥ 'ਚ ਨਹੀਂ ਜਿੰਨਾ ਇਹ ਸਾਊਥ ਦੇ ਵਿੱਚ, ਇਹ ਦੁਨੀਆਂ ਦੇ ਸਾਊਥ ਦੇ ਵਿੱਚ ਆ। ਇਸ ਤੋਂ ਥੱਲੇ ਜੇ ਹੈ ਤਾਂ ਸਿਰਫ ਤੇ ਸਿਰਫ ਅੰਟਾਰਟਿਕਾ, ਪਿੱਛੇ ਸਾਰੇ ਦਾ ਸਾਰਾ ਸ਼ਹਿਰ ਹੈ ਬਈ, ਤੇ ਮਤਲਬ ਇੱਦਾਂ ਥੋੜ੍ਹਾ ਉੱਚਾ ਸ਼ਹਿਰ ਹੈ ਦੇਖੋ, ਪਰ ਉਹਨੂੰ ਪਹਾੜ 'ਤੇ ਚੜ੍ਹਦਾ ਜਾਂਦਾ ਸ਼ਹਿਰ, ਇੱਥੇ ਸਾਰਾ ਇੱਦਾਂ ਆਪਾਂ ਥੱਲੇ ਆ ਗਏ ਅਤੇ ਆ ਸਾਰੇ ਕਰੂਜ਼ ਸ਼ਿਪ ਖੜ੍ਹੇ ਹੋਏ ਨੇ ਬਈ, ਕੁਛ ਵੱਡੇ ਨੇ ਕੁਛ ਛੋਟੇ ਨੇ, ਅਤੇ ਸਾਰੇ ਸ਼ਾਇਦ ਅੰਟਾਰਟਿਕਾ ਵਾਲੇ ਹੋਣਗੇ ਜਾਂ ਕੁਛ ਕਰੂਜ਼ ਸ਼ਿਪ ਇੱਦਾਂ ਦੇ ਵੀ ਨੇ ਬਈ ਜਿਹੜੇ ਯੂਰਪ ਤੋਂ ਚੱਲਦੇ ਨੇ, ਜਾਂ ਫਿਰ ਜਿਵੇਂ ਉਹ ਦੇਖੋ ਡੈਨਮਾਰਕ ਦਾ ਲੱਗਿਆ ਹੋਇਆ, ਫਿਨਲੈਂਡ ਦਾ ਪਤਾ ਨਹੀਂ, ਡੈਨਮਾਰਕ ਦਾ, ਜਾਂ ਫਿਰ ਅਮੈਰੀਕਾ ਵਗੈਰਾ ਦੇ ਦੇਸ਼ਾਂ ਤੋਂ ਚੱਲਦੇ ਨੇ, ਅਤੇ ਉਹ ਸ਼ਵਾਇਆ ਤੱਕ ਹੀ ਆਉਂਦੇ ਨੇ, ਅੰਟਾਰਟਿਕਾ ਨਹੀਂ ਜਾਂਦੇ। ਉਹ ਮਤਲਬ ਇਸ ਜਿਹੜਾ ਪੈਟਾਗੋਨੀਆ ਇਸ ਰੀਜਨ ਨੂੰ ਕਿਹਾ ਜਾਂਦਾ, ਸਾਊਥ ਵਾਲਾ ਜਿਹੜਾ ਰੀਜਨ ਹੈ ਚਿੱਲੀ ਦਾ, ਅਤੇ ਇਹਦਾ ਇੱਥੋਂ ਤੱਕ ਆਖਰੀ ਸ਼ਹਿਰ ਵਿਜ਼ਿਟ ਕਰਨ ਆਉਂਦੇ ਨੇ, ਪੁੰਟਾਰੀਨਸ ਵਗੈਰਾ ਵੀ ਸ਼ਾਇਦ ਕਰਦੇ ਹੋਣਗੇ, ਇੱਥੋਂ ਤੱਕ ਵੀ ਆਉਂਦੇ ਨੇ। ਅਤੇ ਕੁਛ ਕਰੂਜ਼ ਨੇ ਜਿਹੜੇ ਕਿ ਬਈ ਅਮੈਰੀਕਾ ਤੋਂ ਚੱਲ ਕੇ ਅੰਟਾਰਟਿਕਾ ਸ਼ਾਇਦ ਜਾਂਦੇ ਹੋਣਗੇ, ਪਰ ਮੈਨੂੰ ਲੱਗਦਾ ਨਹੀਂ, ਸ਼ਾਇਦ ਉਹ ਰਜਿਸਟਰਡ ਹੁੰਦੇ ਹੋਣਗੇ, ਇੱਥੋਂ ਹੀ ਸ਼ੁਰੂ ਹੁੰਦੇ ਆ ਜਿੱਥੋਂ ਤੱਕ ਮੈਨੂੰ ਲੱਗਦਾ, ਕਿਉਂਕਿ ਹੋਰ ਕਿਤੇ ਵੀ ਮੈਂ ਬੜਾ ਸਰਚ ਕੀਤਾ ਆਇਆ ਨਹੀਂ, ਇੱਥੋਂ ਹੀ ਆਉਂਦੇ ਨੇ। ਔਰ ਇੱਥੇ ਜਿੰਨੀਆਂ ਵੀ ਆ ਦੇਖੋ, ਆਹ ਸਾਰੀਆਂ ਵੈਨਸ ਵਗੈਰਾ ਖੜੀਆਂ ਹੋਈਆਂ ਨੇ, ਬਹੁਤ ਸਾਰੀਆਂ ਨੇ, ਉਹ ਵੀ ਖੜੀ ਹੋਈ ਆ ਦੇਖੋ, ਕਿੰਨੇ ਸਾਰੇ ਦੇਸ਼ਾਂ ਦੇ ਝੰਡੇ ਲੱਗੇ ਹੋਏ ਨੇ ਇਹਦੇ 'ਤੇ, ਆਹ ਬਾਈ ਹਰਾਂ ਨੇ ਸਾਈਕਲ ਆਪਦਾ, ਬਹੁਤ ਸਾਰੇ ਅਮੈਰੀਕਾ ਵਗੈਰਾ ਤੋਂ ਲੋਕ ਆਉਂਦੇ ਨੇ, ਜਿਹੜਾ ਦੇਖੋ ਪੂਰਾ ਵਰਲਡ ਟਰੈਵਲ ਬਾਈ ਹਰੀ ਮਨ ਲੱਗਦਾ ਇਹਦੇ 'ਤੇ ਹੀ ਕਰ ਰਹੇ ਨੇ, ਆਹ ਸਾਰੇ ਝੰਡੇ ਝੁੰਡੇ ਲਾਏ ਹੋਏ ਨੇ, ਹੋਰ ਵੀ ਨੇ ਕਈ ਸਾਰੀਆਂ। ਆਹ ਦੇਖੋ ਪੋਲੈਂਡ ਦਾ ਨੰਬਰ ਹੈ ਕੋਈ ਗੱਡੀ ਦਾ, ਦੇਖੋ ਹਿਸਾਬ ਲਾਓ ਪੋਲੈਂਡ ਕਿੰਨਾ ਦੂਰ ਹੈ ਇੱਥੋਂ, ਪੋਲੈਂਡ ਦੀ ਫਲਾਈਟ ਇੱਥੋਂ ਡਾਇਰੈਕਟ ਜੇ ਜਾਂਦੀ ਹੋਊਗੀ ਨਾ 15 ਘੰਟਿਆਂ ਦੀ ਫਲਾਈਟ ਹੋਊਗੀ ਬਈ, ਕਿੰਨੀ ਸ਼ਾਨਦਾਰ ਬਣਾਈ ਹੋਈ ਹੈ। ਬ੍ਰਾਜ਼ੀਲ ਦਾ ਨੰਬਰ ਗੱਡੀ ਹੈ ਬਈ, ਦੇਖੋ ਇਹ ਵੀ ਬਾਈ ਹਰੀ ਆਏ ਹੋਣਗੇ ਇੱਥੇ। ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਵੈਨਸ, ਬਹੁਤ ਸਾਰੇ ਲੋਕ ਇਸ ਜਗ੍ਹਾ ਨੂੰ ਵਿਜ਼ਿਟ ਕਰਨ ਆਉਂਦੇ ਨੇ, ਇਸ ਲਈ ਕਿਉਂਕਿ ਇਹ ਆਖਰੀ ਸ਼ਹਿਰ ਹੈ। ਯਾਰ ਮੈਂ ਤਾਂ ਪੋਲੈਂਡ ਦਾ ਹੈਰਾਨ ਹਾਂ, ਉਹ ਬਾਈ ਹੱਸਣ ਲੱਗਦਾ ਜਿਵੇਂ ਵੀਡੀਓ ਬਣਾ ਰਿਹਾ ਸੀ, ਤਾਂ ਪੋਲੈਂਡ ਦਾ ਹੈਰਾਨ ਹੈ ਯਾਰ, ਇੰਨੀ ਦੂਰੋਂ ਇਹਨਾਂ ਨੇ ਕੀ ਹੈ ਇਹ ਸ਼ਿਪ 'ਚ ਰੱਖ ਲੋਡ ਕਰ ਦਿੰਦੇ ਨੇ ਆਪਦੀਆਂ ਜਿਹੜੀਆਂ ਹੁੰਦੀਆਂ, ਫਿਰ ਇੱਥੇ ਪਹੁੰਚ ਜਾਂਦੀਆਂ ਸਾਊਥ ਅਮੈਰੀਕਾ ਦੇ ਵਿੱਚ, ਜਾਂ ਅਮੈਰੀਕਾ 'ਚ ਕਿਤੇ ਵੀ, ਅਤੇ ਫਿਰ ਉਸ ਤੋਂ ਬਾਅਦ ਬਈ ਬਾਏ ਰੋਡ ਆ ਸਕਦੇ, ਤੁਸੀਂ ਯੂ ਐਸ ਕੈਨੇਡਾ ਤੋਂ ਇੱਥੇ ਬਾਏ ਰੋਡ ਆ ਸਕਦੇ ਹੋ, ਜੇ ਰਸ਼ੀਆ ਵਾਲਾ ਅਲਾਸਕਾ ਵਾਲਾ ਉਹ ਪੁਲ ਬਣ ਜੇ, ਅਤੇ ਰਸ਼ੀਆ ਸਾਰਿਆਂ ਨੇ ਖੁੱਲ੍ਹਾ ਹੋਵੇ ਅਤੇ ਉੱਥੇ ਤੱਕ ਰੋਡ ਜਾਂਦੀ ਹੋਵੇ, ਤਾਂ ਫਿਰ ਤਾਂ ਬਈ ਤੁਸੀਂ ਇੰਡੀਆ ਤੋਂ ਵੀ ਬਾਏ ਰੋਡ ਇੱਥੇ ਆ ਸਕਦੇ ਹੋ, ਕੰਟੀਨੈਂਟ ਕਨੈਕਟਡ ਹੋ ਸਕਦੇ ਆ ਜੇ ਉਹ ਕੁਛ 30-35 ਕਿਲੋਮੀਟਰ ਦਾ ਪੁਲ ਬਣ ਜਾਵੇ, ਜਿਹੜਾ ਗਾਣਾ ਵੀ ਸੀਗਾ, ਜੇ ਸੜਕ ਸਾਗਰ 'ਤੇ ਬਣ ਜਾਵੇ ਫਿਰ ਨਜ਼ਾਰਾ ਕਿੱਦਾਂ ਸੀ, ਫਿਰ ਨਜ਼ਾਰਾ ਫੁੱਲ ਆਵੇ, ਰਸ਼ੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕੈਨੇਡਾ ਬਾਏ ਰੋਡ ਆਵੇ, ਪੁਰਾਣਾ ਗਾਣਾ ਸੀਗਾ ਇੱਕ, ਅਤੇ ਉਹ ਬਈ ਉਸੇ ਦੀ ਗੱਲ ਕੀਤੀ ਗਈ ਹੈ, ਜੋ ਬਣ ਜੇ ਤਾਂ ਸਾਰੇ ਕੰਟੀਨੈਂਟ ਕਨੈਕਟਡ ਹੋ ਸਕਦੇ ਆ। ਸਾਰੇ ਖੜੇ ਹੋਏ ਆ ਬਈ ਕਰੂਜ਼ ਸ਼ਿਪ, ਇਹਨਾਂ 'ਚੋਂ ਕੋਈ ਸਾਰੇ ਅੰਟਾਰਟਿਕਾ ਵਾਲੇ ਹੋਣਗੇ, ਕਈ ਸਾਰੇ ਨਹੀਂ ਵੀ ਹੋਣਗੇ, ਪਰ ਸਾਡਾ ਪਤਾ ਨਹੀਂ ਹੁਣ ਕਿੱਡਾ ਵੱਡਾ ਹੋਊਗਾ ਇਹ, ਮਤਲਬ ਇੰਨਾ ਵੱਡਾ ਨਹੀਂ ਹੈ, ਜਿਹੜਾ ਮੈਂ ਇੱਕ ਕੋਡੇਲੀਆ ਕਰੂਜ਼ ਵਾਲੀਆਂ ਜੇ ਤੁਸੀਂ ਮੇਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਉਹ ਤਾਂ ਮਤਲਬ ਪੂਰਾ ਹੀ ਵੱਡਾ ਕਰੂਜ਼ ਸ਼ਿਪ ਸੀਗਾ ਬਈ, ਇਸ ਤੋਂ ਵੀ ਵੱਡਾ ਜਿਹੜਾ ਉਹ ਸਾਹਮਣੇ ਖੜਾ ਹੋਇਆ, ਜਿੰਨਾ ਹੁੰਦਾ ਮਤਲਬ ਵੱਡੇ ਵੱਡੇ ਸ਼ਿਪਸ ਹੁੰਦੇ ਨੇ, ਸ਼ਾਇਦ ਸਾਡੇ ਵਾਲਾ ਛੋਟਾ ਹੋਊਗਾ 250 ਬੰਦੇ ਵਾਲਾ, ਆਹ ਤਾਂ ਯਾਰ ਬਿਲਕੁਲ ਹੀ ਮਤਲਬ ਲੋਕਲ ਵਾਲੇ ਨੇ, ਇਹ ਤਾਂ ਨਹੀਂ ਅੰਟਾਰਟਿਕਾ ਜਾ ਸਕਦੇ ਮੇਰੇ ਹਿਸਾਬ ਨਾਲ। ਅੰਟਾਰਟਿਕਾ ਥੋੜ੍ਹੇ ਛੋਟੇ ਕਰੂਜ਼ ਸ਼ਿਪ ਇਸ ਲਈ ਲੈ ਕੇ ਜਾਂਦੇ ਨੇ ਕਿਉਂਕਿ ਜਿਹੜਾ ਡਰੇਕ ਪਾਸਿਸ ਆ, ਦੁਨੀਆਂ ਦਾ ਸਭ ਤੋਂ ਖਤਰਨਾਕ ਪਾਸਿਸ ਜਾਂ ਦੁਨੀਆਂ ਦੇ ਸਭ ਤੋਂ ਖਤਰਨਾਕ ਪਾਸਿਸ ਦੇ ਵਿੱਚੋਂ ਇੱਕ ਮੰਨਿਆ ਜਾਂਦਾ, ਅਤੇ ਉੱਥੇ ਜਦੋਂ ਲੰਘਦੇ ਕਹਿੰਦੇ ਵੇਵਸ ਬਹੁਤ ਤੇਜ਼ ਹੁੰਦੀਆਂ, 5-5, 7-7 ਮੀਟਰ ਦੀਆਂ ਜਾਂ ਕੁਛ ਇੱਦਾਂ ਹੁੰਦੀਆਂ, ਤਾਂ ਜਿੰਨੀ ਛੋਟੀ ਕਰੂਜ਼ ਸ਼ਿਪ ਹੋਊਗੀ ਉਹ ਜ਼ਿਆਦਾ ਹਿੱਲਦੀ ਹੈ, ਜ਼ਿਆਦਾ ਐਡਵੈਂਚਰ ਹੁੰਦਾ, ਤਾਂ ਕਰਕੇ ਲੈ ਕੇ ਜਾਂਦੇ ਨੇ, ਵੱਡੀ ਸ਼ਾਇਦ ਮੇਰੇ ਹਿਸਾਬ ਨਾਲ ਹਿੱਲੂਗੀ ਨਹੀਂ ਉਨੀ। ਆਹ ਚਿੜੀਆਂ ਦੇਖਿਓ ਬਈ, ਆਹ ਛੋਟੀਆਂ ਛੋਟੀਆਂ ਕਿੱਦਾਂ ਇੱਥੇ ਫਿਰਦੀਆਂ, ਬਹੁਤ ਸਾਰੀਆਂ ਨੇ ਦੇਖੋ, ਦੇਖ ਲਓ ਦੁਨੀਆਂ ਦੇ ਆਖਰੀ ਸ਼ਹਿਰ 'ਚ ਵੀ ਇਹ ਚਿੜੀਆਂ ਨਜ਼ਰ ਆ ਰਹੀਆਂ ਨੇ। ਬਹੁਤ ਸਾਰੇ ਟਰੈਵਲਰ ਆ ਵੀ ਇੱਥੇ, ਉਹ ਦੇਖਿਓ ਉਹ 'ਤੇ ਆਪਦੇ ਆਪਦੇ ਸਟਿੱਕਰ ਲਾ ਜਾਂਦੇ ਆ ਕੋਈ, ਚਲੋ ਜਿਹੜੀ ਬੱਸ ਇੱਥੋਂ ਚੱਲਦੀ ਹੈ ਸਿਟੀ ਸੈਂਟਰ, ਮਤਲਬ ਸਿਟੀ ਸੈਂਟਰ ਤਾਂ ਨਹੀਂ ਹੈ ਇਹ, ਮਤਲਬ ਬਿਲਕੁਲ ਆਪਾਂ ਸਾਈਡ 'ਤੇ ਆ ਗਏ, ਇੱਥੋਂ ਬੱਸ ਚੱਲਦੀ ਹੈ, ਉਹ ਦੇਖਦੇ ਹਾਂ ਕਿੱਥੇ, ਹੁਣ ਤਾਂ ਉਹਦੀ ਟਿਕਟ ਬੁੱਕ ਕਰਦੇ ਹਾਂ, ਫਿਰ ਥੋੜ੍ਹੀ ਦੇਰ ਤੱਕ ਜਦੋਂ ਵੀ ਉਹਦਾ ਨੈਕਸਟ ਟਾਈਮ ਹੋਊਗਾ ਅਤੇ ਉਦੋਂ ਆਪਾਂ ਆਵਾਂਗੇ, ਉਹ ਦੇਖ ਗਏ ਮੈਨੂੰ ਬਈ ਖੜ੍ਹੀ ਹੋਈ ਉੱਧਰ ਖੜ੍ਹੀ ਹੈ।
ਆ ਦੇਖੋ ਇੱਥੇ ਕਿੰਨੇ ਸਾਰੇ ਟੂਰ ਕਰਾਉਂਦੇ ਆ, ਪੈਂਗਵਿੰਗਸ ਦਾ ਟੂਰ ਹੈ। ਸ਼ਵਾਇਆ 'ਚ ਵੀ ਤੁਸੀਂ ਕਰਨਾ ਚਾਹੋ ਤਾਂ ਪੈਂਗਵਿੰਗ ਦਾ ਟੂਰ ਕਰ ਸਕਦੇ ਹੋ, ਅਤੇ ਬੋਟ ਲੈ ਕੇ ਜਾਊਗੀ ਇੱਕ ਆਈਲੈਂਡ 'ਚ ਅਤੇ ਦਿਖਾ ਦੇਊਗੀ। ਪਰ ਬਈ ਹੁਣ ਤਾਂ ਆਪਾਂ ਤਾਂ ਅੰਟਾਰਟਿਕਾ ਹੀ ਜਾਵਾਂਗੇ, ਤਾਂ ਫਿਰ ਆਪਾਂ ਕਿਉਂ ਹੀ ਇਹ ਟੂਰ ਕਰਾਂਗੇ ਪੈਂਗਵਿੰਗਸ ਵਾਲਾ। ਉਹ ਸਾਹਮਣੇ ਖੜੀ ਹੋਈ ਆ ਵੀ ਮੇਰੇ ਬੱਸ, ਜਿਹਦੀ ਆਪਾਂ ਟਿਕਟ ਬੁੱਕ ਕਰਨੀ ਹੈ। ਪਹਿਲਾਂ ਚੱਲੀਏ ਆਪਾਂ ਰੋਡ ਪਾਰ ਕਰੀਏ। ਆਹ ਉਸ ਪਿੰਡ ਦਾ ਨਾਂ ਲਿਖ ਰੱਖਿਆ ਵੀ ਪੋਰਟੋ ਵਿਲੀਅਮਸ, ਜਿਹੜਾ ਪਿੰਡ ਇੱਥੋਂ ਥੋੜ੍ਹਾ ਜਿਹਾ ਦੂਰ ਹੈ ਬਸ, ਇੱਥੇ ਕਰੂਜ਼ ਹੀ ਜਾਂਦੀ ਹੋਊਗੀ, ਅਤੇ ਉਹ ਬਈ ਪਿੰਡ ਹੈ ਉਹ ਆਖਰੀ ਪਿੰਡ ਹੀ ਆ ਬਸ, ਇਹ ਆਖਰੀ ਸ਼ਹਿਰ ਹੈ ਬਈ, ਬਿਲਕੁਲ ਐਂਡ ਆਫ ਦਾ ਵਰਲਡ ਜਿੱਥੇ ਆਪਾਂ ਖੜੇ ਹੋਏ ਹਾਂ। ਇਸ ਜਗ੍ਹਾ ਨੂੰ ਵੀ, ਇਸ ਏਰੀਆ ਨੂੰ ਵੀ ਇਹੀ ਕਿਹਾ ਕਹਿੰਦੇ ਨੇ ਦਾ ਐਂਡ ਆਫ ਵਰਲਡ। ਤੁਹਾਨੂੰ ਨੋਰਮਲੀ ਤੁਸੀਂ ਕੋਈ ਸੋਵੀਨੀਅਰ ਖਰੀਦਣ ਜਾਓਗੇ ਨਾ, ਸੋਵੀਨੀਅਰ ਦੇ ਉੱਤੇ ਲਿਖਿਆ ਮਿਲ ਜਾਊਗਾ, ਮੈਂ ਖਰੀਦੂੰਗਾ ਵੀ। ਖੈਰ ਆਹ ਖੜੀਆਂ ਹੋਈਆਂ ਬੱਸਾਂ, ਲਿਖਿਆ ਹੋਇਆ ਉਸ਼ਵਾਇਆ। ਦੇਖੋ ਕਿੰਨੀ ਡਿਫਰੈਂਟ ਬੱਸ ਹੈ, ਕੁਛ ਅਲੱਗ ਹੀ ਆ, ਥੱਲੇ ਟਰੱਕ ਜਿਹਾ ਉੱਤੇ ਬਣਾਈ ਹੋਈ ਹੈ ਇਹਨਾਂ ਨੇ, ਪੁਰਾਣੀ ਜਿਹੀ ਲੱਗ ਰਹੀ ਹੈ ਪਰ ਅਲੱਗ, ਦੇਖੋ ਕਿੰਨੀ ਪਿਆਰੀ ਰਹੀ ਹੈ। ਇੱਥੇ ਜਾਵਾਂਗੇ, ਸ਼ਾਇਦ $10 ਦਾ ਇਹਦਾ ਟੂਰ ਹੈ ਵੀ, ਇੱਕ ਘੰਟਾ ਟੂਰ ਕਰਾਉਂਦੇ ਸਿਟੀ ਦੇ ਵਿੱਚ। ਖੈਰ ਇਸ ਸਿਟੀ 'ਚ ਇੱਕ ਘੰਟਾ ਵੀ ਬਹੁਤ ਜ਼ਿਆਦਾ ਹੋ ਜਾਂਦਾ। ਇਹ ਖੜੀਆਂ ਹੋਈਆਂ, ਇੱਥੋਂ ਆਪਾਂ ਟਿਕਟ ਖਰੀਦਾਂਗੇ, ਇੱਥੋਂ ਸ਼ਾਇਦ ਖਰੀਦਣੀ ਹੋਊਗੀ, ਔਨਲਾਈਨ ਵੀ ਬੁੱਕ ਕਰ ਸਕਦੇ ਹਾਂ ਆਪਾਂ। ਸਾਢੇ 15-30 'ਤੇ ਜਾਊਗੀ ਮੈਨੂੰ ਲੱਗਦਾ ਹੁਣ ਇਹ, ਚਲੇ ਟਾਈਮ ਹੈਗਾ। ਇੱਥੇ ਆ ਝੰਡੇ ਲੱਗੇ ਹੋਣੇ, ਬ੍ਰਾਜ਼ੀਲ ਦਾ ਲੱਗਿਆ ਹੋਇਆ, ਚਾਈਨਾ ਦਾ ਲੱਗਿਆ ਹੋਇਆ, ਸ਼ਾਇਦ ਫਰਾਂਸ ਦਾ, ਸਪੇਨ ਦਾ, ਅਤੇ ਜਰਮਨੀ ਦਾ, ਇਟਲੀ ਦਾ, ਅਮਰੀਕਾ ਦਾ ਅਤੇ ਰਸ਼ੀਆ ਦਾ ਬਈ। ਸਾਢੇ 3 ਜਾਊਗੀ ਉਹ ਨੈਕਸਟ, ਫਿਰ ਆਪਾਂ ਇਹਦਾ ਟੂਰ ਬੁੱਕ ਕਰਾਂਗੇ ਅਤੇ ਫਿਰ ਚੱਲਾਂਗੇ। ਇਸਲਾਸ ਮਾਲਵੀ ਇੱਕ ਇਹਨਾਂ ਦਾ ਆਈਲੈਂਡ ਹੈ ਅਰਜਨਟੀਨਾ ਦਾ, ਥੋੜ੍ਹਾ ਜਿਹਾ ਸਾਈਡ 'ਤੇ ਪੈਂਦਾ, ਤੁਹਾਨੂੰ ਦੇਖ ਵੀ ਜਾਊਗਾ ਅਰਜਨਟੀਨਾ ਦੇ ਮੈਪ ਦੇਖੋਗੇ, ਅਤੇ 785 ਕਿਲੋਮੀਟਰ ਇੱਥੋਂ ਬਾਏ ਏਅਰ ਹੋਊਗਾ ਸਮੁੰਦਰ ਦੇ ਵਿੱਚ, ਅਤੇ ਇਹਨੂੰ ਕਾਫੀ ਜ਼ਿਆਦਾ ਹਾਈਲਾਈਟ ਕਰਕੇ ਰੱਖਦੇ, ਅਲਕਲਾਫਾਤੇ 'ਚ ਵੀ ਲਿਖਿਆ ਹੋਇਆ ਸੀ, ਅਤੇ ਇੱਥੇ ਵੀ ਇਹਨਾਂ ਨੇ ਲਿਖ ਕੇ ਰੱਖਿਆ ਵੀ ਇੰਨਾ ਦੂਰ ਹੈ। ਆਹ ਦੇਖੋ ਇੱਥੇ ਤਾਂ ਬਈ ਲੋਕਾਂ ਨੇ ਸਟਿੱਕਰ ਹੀ ਲਾਤੇ, ਲਿਖਿਆ ਤਾਂ ਕੁਛ ਨਾ ਹੋਇਆ ਸੀ, ਬੁਇਨਸ ਐਰਿਸ ਇੱਥੋਂ 3100 ਕਿਲੋਮੀਟਰ ਦੂਰ ਹੈ, ਆਹ ਕੋਈ ਹੋਰ ਸ਼ਹਿਰ ਹੋਣਾ, ਪਰ ਲੋਕਾਂ ਨੇ ਸਟਿੱਕਰ ਲਾ ਲਾ ਕੇ ਬਿਲਕੁਲ ਸੱਤਿਆ ਨਾਸ ਹੀ ਕਰਤਾ ਇਹਦਾ। ਇੱਥੇ ਤਾਂ ਇੱਕ ਹੋਰ ਬੱਸ ਚੱਲਦੀ ਆ, ਦੇਖੋ ਉਹਦੇ ਅੱਗੇ ਉਹਨਾਂ ਨੇ ਲਾ ਰੱਖਿਆ ਵੀ ਆਹ ਸਿਟੀ ਟੂਰ ਦੀ ਹੈ, ਇਹਦੀ ਟਿਕਟ ਖਰੀਦੋ। ਆਹ ਟ੍ਰੇਨ ਟਾਈਪ ਦੀ ਹੈ ਪਰ ਹੈ ਤਾਂ ਬੱਸ ਹੀ ਹੈ, ਇੱਥੋਂ ਟਿਕਟ ਖਰੀਦੋ ਅਤੇ ਇੱਥੇ ਚੜ ਜਾਓ, ਆਹ ਵੀ ਜਾਂਦੀ ਹੈ ਵੀ। ਚਾਹੋ ਤਾਂ ਤੁਸੀਂ ਇਹਦਾ ਵੀ ਟੂਰ ਲੈ ਸਕਦੇ ਹੋ, ਪਰ ਮੈਨੂੰ ਇਹ ਥੋੜ੍ਹੀ ਸਹੀ ਨਹੀਂ ਲੱਗ ਰਹੀ, ਉਹ ਵਾਲੀ ਜ਼ਿਆਦਾ ਬੈਟਰ ਲੱਗ ਰਹੀ ਹੈ। ਹੈਲੋ, ਸੋ ਆਹ ਦੇਖੋ ਬਈ ਇਹ ਬੱਸ ਵੀ ਹੈ ਇੱਕ, ਚਾਹੋ ਤਾਂ ਤੁਸੀਂ ਇੱਥੇ ਵੀ ਟੂਰ ਕਰ ਸਕਦੇ ਹੋ, ਪਰ ਅਸੀਂ ਉਹਦੇ 'ਤੇ ਕਰਾਂਗੇ। ਇਹ $6 ਦੀ ਹੈ, ਸਸਤੀ ਹੈ, ਉਹ $10 ਦੀ ਹੈ। ਇਹਦੇ ਪਿੱਛੇ ਦੇਖੋ ਆਹ ਕੁਛ ਇਹਨਾਂ ਨੇ ਆਰਮੀ ਵਾਲਾ ਖੜਾਇਆ ਹੋਇਆ ਗਾਰਡ ਜਿਹਾ ਬਣਾ ਕੇ, ਬਿਲਕੁਲ ਅਸਲ ਲੱਗ ਰਿਹਾ ਵੀ, ਥੱਲੋਂ ਤਾਂ ਉੱਤੋਂ ਨਹੀਂ ਲੱਗ ਰਿਹਾ। ਪਰ ਸ਼ਵਾਇਆ 'ਚ ਚੰਗੀ ਖਾਸੀ ਬਰਫ਼ ਪੈਂਦੀ ਹੈ ਬਈ, ਆਹ ਦੇਖੋ ਆਹ ਬੱਸ ਬਰਫ਼ ਦੇ ਟਾਈਮ 'ਚ ਹੈ ਹੁਣ, ਮਤਲਬ ਠੰਡਾਂ ਆ ਰਹੀਆਂ ਇੱਥੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਗਰਮੀਆਂ ਆ ਰਹੀਆਂ, ਇਹਨਾਂ ਦੇ ਠੰਡਾਂ ਆ ਰਹੀਆਂ, ਅਤੇ ਇੱਥੇ ਬਰਫ਼ ਪਊਗੀ ਬਈ। ਆ ਗਏ ਬਈ ਆਪਾਂ ਸਾਹਮਣੇ, ਇਹ ਮਤਲਬ ਮੇਨ ਇਹਨਾਂ ਦੀ ਗਲੀ ਹੈ ਜਿਹੜੀ, ਬਸ ਇਹੀ ਹੈ ਬਈ ਇਹ ਸ਼ਹਿਰ ਦੇ ਵਿੱਚ। ਵੈਸੇ ਇੰਨਾ ਛੋਟਾ, ਬਹੁਤਾ ਜਮਾਂ ਛੋਟਾ ਨਹੀਂ ਕਹੂੰਗੀ ਕਿ ਤੁਰ ਕੇ ਘੁੰਮ ਲਓਗੇ ਤੁਸੀਂ ਸ਼ਹਿਰ ਨੂੰ, 80-82 ਹਜ਼ਾਰ ਲੋਕ ਹੈ ਤਾਂ ਠੀਕ ਠਾਕ ਸ਼ਹਿਰ ਹੈ, ਪਰ ਇੰਨਾ ਵੱਡਾ ਨਹੀਂ ਹੈ। ਮੇਨ ਇਹਨਾਂ ਦੀ ਮਤਲਬ ਗਲੀ ਆਹ ਇੱਕ ਹੀ ਹੈ, ਅਤੇ ਇੱਥੇ ਬਸ ਤੁਸੀਂ ਤੁਰਦੇ ਰਹੋ, 1-1.5 ਕਿਲੋਮੀਟਰ ਤੁਰੋਗੇ ਤਾਂ ਬਸ ਉਹ ਸਾਰਾ ਕੁਛ ਹੀ ਖਤਮ ਹੋ ਜੂਗਾ, ਉਸ ਤੋਂ ਇਲਾਵਾ ਕੁਛ ਨਹੀਂ। ਉਸ ਤੋਂ ਇਲਾਵਾ ਫਿਰ ਤੁਸੀਂ ਪਰਲੇ ਪਾਸੇ ਚੱਲ ਜਾਓ ਤਾਂ ਉਹ ਸਾਰੀਆਂ ਜਿੱਥੇ ਸ਼ਿਪਸ ਵਗੈਰਾ, ਕਰੂਜ਼ ਵਗੈਰਾ ਜਿੱਥੋਂ ਚੱਲਦੀਆਂ ਉਹ ਜਗ੍ਹਾ ਆ ਜੂਗੀ ਵੀ, ਉੱਥੇ ਉਹ ਕੁਛ ਬੱਚੇ ਜਾ ਰਹੇ ਸੀ, ਕਹਿੰਦੇ ਅਸੀਂ ਕੁਛ ਵੇਚ ਰਹੇ ਹਾਂ। ਮੈਂ ਕਿਹਾ ਯਾਰ ਮੇਰੇ ਲਾਇਕ ਤੁਹਾਡੇ ਮਤਲਬ ਖਾਣ ਲਈ ਵੇਚ ਰਹੇ ਸੀ ਕੁਛ ਕੇਕ ਵਗੈਰਾ ਕੁਛ, ਮੈਂ ਕਿਹਾ ਯਾਰ ਮੇਰੇ ਲਾਇਕ ਨਹੀਂ ਹੋਣਾ, ਜੇ ਹੁੰਦਾ ਤਾਂ ਮੈਂ ਤੁਹਾਡੇ ਤੋਂ ਜ਼ਰੂਰ ਕੁਛ ਨਾ ਕੁਛ ਲੈ ਲੈਂਦਾ। ਉਹ ਦੇਖੋ ਡੱਬਾ ਚੱਕ ਕੇ ਘੁੰਮ ਰਹੇ ਆ, ਉੱਦਾਂ ਤਾਂ ਵੇਚਣ ਵਾਲੇ ਨਹੀਂ ਲੱਗ ਰਹੇ, ਪਰ ਪਤਾ ਨਹੀਂ ਉਹ ਦੇਖੋ ਕੁੜੀ ਜਿਵੇਂ ਖੜ ਕੇ ਪੁੱਛ ਰਹੀ ਹੈ, ਦੇਖੋ ਸਾਰਿਆਂ ਨੂੰ ਇੱਦਾਂ ਖੜ ਕੇ ਇੱਦਾਂ ਪੁੱਛਣ ਲੱਗ ਜਾਂਦੀ ਹੈ। ਬਾਈ ਮੈਂ ਇਹਨਾਂ ਨੂੰ ਕੋਈ ਮਿਊਜ਼ੀਅਮ ਜਾਂ ਕੁਛ ਸਮਝ ਰਿਹਾ ਸੀਗਾ, ਪਰ ਬਈ ਇਹ ਤਾਂ ਕੈਫੇ ਆ, ਦੇਖੋ ਕਿੱਡਾ ਵੱਡਾ ਬਣਾਇਆ ਹੋਇਆ ਵੀ ਇਹਨਾਂ ਨੇ ਕੈਫੇ, ਕਮਾਲ ਹੀ ਕਰਤੀ। ਅਤੇ ਜਿਹੜਾ ਹਾਰਡ ਰੌਕ ਕੈਫੇ ਕਈ ਦੇਸ਼ਾਂ 'ਚ ਹੁੰਦਾ ਬਈ, ਮੇਰੇ ਹਿਸਾਬ ਨਾਲ ਮਤਲਬ ਹੋਊਗਾ ਕਿਤੋਂ ਦਾ, ਬਾਹਰ ਦੀ ਕੰਪਨੀ ਹੀ ਹੋਊਗੀ, ਉਹਨਾਂ ਨੇ ਬਣਾਇਆ, ਪਰ ਬਹੁਤ ਹੀ ਵੱਡਾ ਬਣਾਇਆ ਹੋਇਆ। ਮੈਂ ਦੂਰੋਂ ਜਿਹਾ ਦੇਖਿਆ ਸੀ, ਉਦੋਂ ਨਹੀਂ ਮੈਨੂੰ ਪਤਾ ਲੱਗਿਆ ਸੀ ਕਿਹੜਾ,
ਮੈਂ ਪਤਾ ਨਹੀਂ ਕਿ ਮਿਊਜ਼ੀਅਮ ਦੀ ਬਿਲਡਿੰਗ ਜੀ ਲੱਗ ਰਹੀ ਹੈ। ਹਾਈਐਸਟ ਜਿਹੜਾ ਮਤਲਬ ਟੈਂਪਰੇਚਰ ਆ 29 ਡਿਗਰੀ ਸੈਲਸੀਅਸ ਤੋਂ ਉੱਤੇ ਨਹੀਂ ਗਿਆ ਪਲੱਸ ਦੇ ਵਿੱਚ, ਔਰ -21 ਤੱਕ ਵੀ ਸ਼ਹਿਰ ਦੇ ਵਿੱਚ ਟੈਂਪਰੇਚਰ ਗਿਆ ਹੋਇਆ। ਠੰਡਾਂ 'ਚ ਕਾਫੀ ਠੰਡ ਹੋ ਜਾਂਦੀ ਹੋਊਗੀ, ਪਹਾੜਾਂ 'ਤੇ ਹੁਣ ਵੀ ਬਰਫ਼ ਦਿਖ ਰਹੀ ਹੈ, ਪਰ ਚੰਗੀ ਖਾਸੀ ਬਰਫ਼ ਪੈਂਦੀ ਹੋਊਗੀ। -5-10 ਤਾਂ ਜਾਂ 15 ਤਾਂ ਆਮ ਹੋਊਗਾ ਸ਼ਹਿਰ ਦੇ ਵਿੱਚ ਵੀ ਬਈ ਟੈਂਪਰੇਚਰ। ਤਾਂ ਮੈਂ ਇੱਕ ਪਾਣੀ ਦੀ ਬੋਟਲ ਲੈ ਲਈ, ਇੱਕ ਆਹ ਚੋਕਲੇਟ ਲੈ ਲਈ ਯਾਰ, ਮੈਨੂੰ ਕਈ ਦਿਨਾਂ ਤੋਂ ਮੇਰੀਆਂ ਅੱਖਾਂ 'ਚ ਰੜਕ ਰਹੀ ਸੀਗੀ, ਸੋਹਣੀ ਹੀ ਲੱਗ ਰਹੀ ਸੀ ਦੇਖਣ ਨੂੰ, ਸਵਾਦ ਤਾਂ ਪਤਾ ਨਹੀਂ ਕਿੱਦਾਂ ਦੀ ਹੋਊਗੀ, ਬਸ ਡਾਰਕ ਨਾ ਹੋਵੇ, ਡਾਰਕ ਤਾਂ ਨਹੀਂ ਲੱਗ ਰਹੀ। ਚਲੋ ਹੁਣ ਚੱਲਦੇ ਹਾਂ ਆਪਾਂ ਸਿਟੀ ਟੂਰ ਵਾਲੀ ਜਿਹੜੀ ਬੱਸ ਹੈ ਉੱਧਰ ਨੂੰ, ਅਤੇ ਘੁਮਾਉਂਦੇ ਹਾਂ ਫਿਰ ਸ਼ਹਿਰ। ਇੱਥੋਂ ਮਿਲੂਗੀ ਟਿਕਟ ਲਿਖਿਆ ਹੋਇਆ, ਆਹ ਬੱਸ ਹੈ 3:30 ਵਾਲੀ, ਅਤੇ ਆਪਾਂ ਚੱਲਾਂਗੇ ਬਈ। ਲਓ ਵੀ ਇਸ ਬੱਸ ਦੀ ਟਿਕਟ ਲੈ ਲਈ $10 ਦੀ, ਅਤੇ 1 ਘੰਟੇ ਲਈ ਹੁਣ ਇਹ ਬੱਸ ਆਪਣੀ ਹੋ ਗਈ ਸਮਝ ਲਓ, ਬਹੁਤੇ ਲੋਕ ਤਾਂ ਹੈ ਨਹੀਂ, ਉੱਤੇ ਵੀ ਬੈਠ ਸਕਦੇ ਹੋ ਥੱਲੇ ਵੀ, ਅਤੇ ਆਹ ਬਈ ਪੌੜੀਆਂ। ਲਓ ਬਈ ਚੜ੍ਹਦੇ ਹਾਂ ਹੁਣ ਆਪਾਂ, ਉਹ ਵੇਖਿਓ ਅੰਦਰ ਕੀ ਲੱਗਿਆ ਬਈ। ਆ ਇਹਨਾਂ ਦੀ ਉਹ ਟ੍ਰੈਡੀਸ਼ਨਲ ਜਿਹੜੀ ਜਿਹਨੂੰ ਕਹਿੰਦੇ ਆ ਯਰਬਾ ਮੇਟ, ਇਹਦੇ 'ਚ ਗਰਮ ਪਾਣੀ ਹੋਊਗਾ, ਅਤੇ ਆਪਦਾ ਪਾਓ ਆਪਦੀ ਲਿਆਓ, ਅਤੇ ਤੁਸੀਂ ਇਹ ਲੈ ਸਕਦੇ ਹੋ ਬਈ। ਗਰਮ ਪਾਣੀ ਦਾ ਪ੍ਰਬੰਧ, ਉੱਥੇ ਗਲਾਸ ਵੀ ਪਏ ਹੋਏ ਨੇ ਪਰ ਯੂਜ਼ ਕੋਈ ਨਹੀਂ ਕਰਦਾ ਹੁਣ। ਅਤੇ ਈਅਰਫੋਨਸ ਹੈੱਡਫੋਨਸ ਜਿਹੜੇ ਹੁੰਦੇ ਆ ਉਹ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ, $2 ਲਈ ਐਕਸਟਰਾ ਦੇਣੇ ਪੈਂਦੇ ਆ, ਪਰ ਬਈ ਮੈਂ ਕੋਈ ਇਹਨਾਂ ਦੀ ਗੱਲਬਾਤ ਸੁਣਨ ਦੇ ਵਿੱਚ ਬਹੁਤਾ ਇੰਟਰਸਟਿਡ ਨਹੀਂ, ਆਪਾਂ ਤਾਂ ਸਿਰਫ ਸ਼ਹਿਰ ਦੇਖਣਾ। ਬਈ ਸੀਟਾਂ ਨੇ ਇੱਥੇ ਬੈਠ ਸਕਦੇ ਹੋ, ਅਤੇ ਉੱਤੇ ਵੀ ਜਾ ਸਕਦੇ ਹਾਂ, ਮੈਂ ਸੋਚ ਰਿਹਾ ਉੱਤੇ ਹੀ ਚੱਲਦੇ, ਉੱਤੇ ਜ਼ਿਆਦਾ ਮਜ਼ਾ ਆਊਗਾ। ਬਿਲਕੁਲ ਪੁਰਾਣੀ ਜੀ ਆ ਬਈ, ਇੱਦਾਂ ਐਂਟੀਕ ਜੀ ਲੱਗ ਰਹੀ ਆ। ਵਾਹ, ਜਿੱਥੇ ਮਰਜ਼ੀ ਬਹਿ ਜਾਓ। ਹੈ ਸੀਟ ਹੈ ਬੜਾ ਬਦਤਮੀਜ਼ ਆ ਬਈ ਬੋਲੂੰਗਾ ਮੈਂ ਤਾਂ ਵੀਡੀਓ ਵੀ ਬਣਾਊਂਗਾ। ਮੈਂ ਦਿਖਾ ਰਿਹਾ ਸੀ ਬਈ, ਉਹ ਦੇਖੋ ਉੱਥੇ ਨਾ ਲਿਖਿਆ ਹੋਇਆ ਮੈਕਸੀਮਮ ਪੈਨਲਟੀ £400 ਦੇ ਵਿੱਚ ਲਿਖਿਆ ਹੋਇਆ। ਦੇਖੋ ਇਹ ਨਾ ਪੁਰਾਣੀ ਇੰਗਲੈਂਡ ਦੇ ਵਿੱਚ ਚੱਲਦੀਆਂ ਹੋਣਗੀਆਂ ਬੱਸਾਂ, ਅਤੇ ਉੱਥੋਂ ਇਹ ਖਰੀਦ ਕੇ ਇੱਥੇ ਲਿਆਏ ਹੋਣਗੇ। ਇਹ ਲੱਗ ਰਿਹਾ UK ਦੀ ਬੱਸ ਹੀ ਆ ਬਈ ਪੁਰਾਣੀ। ਸਪੀਕਰ ਲੱਗਿਆ ਬਈ ਇੱਥੇ ਪਿਛਲੇ ਪਾਸੇ ਇੱਕ, ਉਹ ਉੱਥੇ ਲੱਗਿਆ, ਅਤੇ ਈਅਰਫੋਨ ਵੀ ਤੁਸੀਂ ਚਾਹੋ ਤਾਂ ਖਰੀਦ ਸਕਦੇ ਹੋ ਬਈ। ਜੇ ਤੁਹਾਨੂੰ ਇੰਨੀ ਦਿੱਕਤ ਆ, ਤੁਸੀਂ ਬਿਲਕੁਲ ਕਲੀਅਰ ਸੁਣਨਾ ਹੀ ਆ, ਤਾਂ ਈਅਰਫੋਨ ਖਰੀਦੋ ਬਈ। ਹੁਣ ਲੋਕ ਤਾਂ ਗੱਲਾਂ ਕਰਨਗੇ, ਅਸੀਂ ਨਹੀਂ ਕਰ ਰਹੇ ਸੀ, ਪਿੱਛੇ ਬੈਠੇ ਆ ਜਿਹੜੀਆਂ ਕੁੜੀਆਂ ਇਹ ਵੀ ਗੱਲਾਂ ਕਰ ਰਹੀਆਂ ਸੀ, ਇਹਨਾਂ ਨੂੰ ਵੀ ਕਹਿੰਦੇ ਹਲੋ ਹੀ ਆ। ਇਹ ਹੁਣ ਬਾਈ ਸਮਝਾ ਰਿਹਾ ਵੀ ਇੱਥੇ ਆਹ ਕੈਫੇ ਆ ਸਾਰਾ ਕੁਛ। ਬਈ ਉਸ਼ਵਾਇਆ ਦੇ ਨਾ ਬਿਲਕੁਲ ਬਾਹਰ ਵਾਲੇ ਪਾਸੇ ਲਿਆ ਬੱਸ ਤੋਂ, ਔਰ ਹਵਾ ਬਹੁਤ ਤੇਜ਼ ਚੱਲ ਰਹੀ ਹੈ, ਦੇਖਿਓ ਪਾਣੀ ਦੀਆਂ ਲਹਿਰਾਂ ਕਿਵੇਂ ਇੱਕ ਪਾਸੇ ਨੂੰ ਨੀ ਦੋਨੇ ਪਾਸੇ ਨੂੰ ਚੱਲ ਰਹੀਆਂ। ਹੁਣ ਮੋੜਦੀ ਬਈ, ਬਾਈ ਨੇ ਸ਼ਹਿਰ ਵਾਲੇ ਪਾਸੇ, ਪਹਿਲਾਂ ਤਾਂ ਬਾਈ ਬਾਹਰ ਨੂੰ ਲਈ ਫਿਰਦਾ ਸੀ, ਮੈਂ ਕਿਹਾ ਸਿਟੀ ਟੂਰ ਨੀ, ਇਹ ਸਿਟੀ ਦੇ ਆਊਟਰ ਦਾ ਟੂਰ ਦੇ ਰਿਹਾ। ਬਸ ਉੱਤੇ ਤਾਰਾਂ ਹੀ ਰਗੜਦੀਆਂ ਬਾਈ ਨੇ, ਆ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਤਾਰ ਦੇ ਨਾਲ ਰਗੜ ਕੇ ਲੰਘੀ ਬਸ। ਦੇਖੀ ਭਰਾਵਾ ਕਿਤੇ ਬਿਜਲੀ ਬੁਜਲੀ ਵਾਲੀ ਜੀ ਨਾ ਰਗੜਨੀ, ਕਿਤੇ ਬਸ ਕਰਾ ਦੇਵੇ। ਮਾਈਕ ਲਾਉਣਾ ਪੈ ਗਿਆ ਮੈਨੂੰ, ਕਿਉਂਕਿ ਬੱਸ ਇੱਥੇ ਰੁਕੀ ਹੈ ਪਿੱਛੇ, ਅਤੇ ਇੱਥੇ ਬਹੁਤ ਜ਼ਿਆਦਾ ਹਵਾ ਤੇਜ਼ ਚੱਲ ਰਹੀ ਹੈ। ਇੱਥੇ ਰੁਕੀ ਹੈ ਬੱਸ ਬਾਈ ਨੇ, ਬਾਈ ਕਹਿੰਦਾ ਵੀ ਇੱਥੇ ਥੋੜ੍ਹੀ ਦੇਰ ਲਈ ਰੁਕੂਗੀ, ਅਤੇ ਤੁਸੀਂ ਆਪਦਾ ਜਿਹੜਾ ਇੱਥੇ ਵਿਊ ਦਾ ਆਨੰਦ ਮਾਣ ਸਕਦੇ ਹੋ, ਕਿਉਂਕਿ ਇਹ ਬਈ ਕਾਫੀ ਜ਼ਿਆਦਾ ਹਾਈਟ 'ਤੇ ਲਿਆ ਹੈ ਇੱਥੇ। ਸ਼ਾਇਦ ਮਾਈਕ ਨਾਲ ਆਵਾਜ਼ ਕਾਫੀ ਸਹੀ ਆ ਰਹੀ ਹੋਊਗੀ, ਵੈਸੇ ਤਾਂ ਬਈ ਇੱਥੇ ਔਖਾ ਹੈ ਆਵਾਜ਼ ਆਉਣਾ, ਇੰਨੀ ਤੇਜ਼ ਹਵਾ ਚੱਲ ਰਹੀ ਹੈ। ਓ ਬਾਈ, ਥੱਲੋਂ ਦੀ ਮੈਂ ਪਾਇਆ ਹੋਇਆ ਤਾਂ ਵੀ ਠੰਡ ਲੱਗ ਰਹੀ, ਅੱਜ ਮੈਂ ਕੇਸ ਵੀ ਧੋਤੇ ਆ, ਸ਼ਾਇਦ ਉਹਦੇ ਕਰਕੇ
ਦੇਖਿਓ ਕਿਤੇ ਅੰਟਾਰਟਿਕਾ ਜਾਣ ਤੋਂ ਪਹਿਲਾਂ ਬਿਮਾਰ ਹੀ ਨਾ ਕਰ ਦੇਵੇ। ਬਹੁਤ ਠੰਡ ਲੱਗ ਰਹੀ ਹੈ, ਠੰਡ ਲੱਗ ਰਹੀ ਹੈ ਨਾ, ਹੈ ਨਾ, ਬਹੁਤ ਠੰਡ ਲੱਗ ਰਹੀ ਹੈ ਬਈ। ਦੇਖੋ ਆਹ ਸਾਰੀ ਉਸ਼ਵਾਇਆ ਸਿਟੀ ਦੇਖ ਰਹੀ ਹੋ ਯਾਰ, ਮਜ਼ੇਦਾਰ ਹੈ, ਸਵਿਟਜ਼ਰਲੈਂਡ ਵਰਗੀ ਫੀਲਿੰਗ ਆ ਰਹੀ ਹੈ ਮੈਨੂੰ ਤਾਂ, ਇਹ ਸੱਚੀ ਦੱਸ ਰਿਹਾ। ਗੋਰੇ ਆਪ ਜਿੰਨਾ ਮਰਜ਼ੀ ਰੌਲਾ ਪਾਉਣ, ਜੇ ਕੋਈ ਦੂਜਾ ਕਹਿ ਦੇ ਪਾਵੇ ਤਾਂ ਮਤਲਬ ਰੌਲਾ ਤਾਂ ਅਸੀਂ ਪਾ ਵੀ ਨਹੀਂ ਰਹੇ ਸੀ, ਅਤੇ ਆਪ ਹੀ ਚੁੱਪ ਹੋ ਜਾਣਾ ਸੀਗਾ ਬਈ। ਪਰ ਇਹਨਾਂ ਨੇ ਜ਼ਿਆਦਾ ਹੀ ਕਰਤਾ, ਚੁੱਪ 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 ਚੁੱਪ, ਬੜੇ ਬਦਤਮੀਜ਼ੀ ਨਾਲ। ਪਿੱਛੇ ਵਾਲੀਆਂ ਕੁੜੀਆਂ ਨੂੰ ਵੀ ਚੰਗਾ ਨਹੀਂ ਲੱਗਿਆ, ਅਤੇ ਉਹ ਵੀ ਪਤਾ ਨਹੀਂ ਕਿੱਥੋਂ ਸਪੇਨ ਨਹੀਂ ਆ ਸ਼ਾਇਦ, ਉਹ ਵੀ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਿਆ, ਉਹ ਵੀ ਜਾਣ ਕੇ ਫਿਰ ਬੋਲ ਰਹੀਆਂ। ਅਸੀਂ ਵੀ ਹਾਂ, ਅਸੀਂ ਵੀ ਬੋਲਦੇ ਹੀ ਰਹਾਂਗੇ ਜਦ ਤੱਕ ਵੀ ਇਹ ਕੀ ਮਤਲਬ ਹੈ ਯਾਰ, ਅਸੀਂ ਚੁੱਪ ਕਰ ਜਾਂਗੇ ਬਈ, ਸਾਨੂੰ ਵੀ ਪਤਾ। ਜੇ ਤੁਹਾਨੂੰ ਜ਼ਿਆਦਾ ਦਿੱਕਤ ਹੈ, $2 ਦੇ ਸੀਗੇ, ਹੈੱਡਫੋਨ ਹੈੱਡਫੋਨ ਲੈ ਲਓ। ਪਹਿਲਾਂ ਮੈਂ ਕਹਿਣ ਲੱਗਿਆ ਸੀ ਕਿ ਮੈਂ $2 ਪੇ ਕਰ ਦਿੰਦਾ, ਹੈੱਡਫੋਨ ਦਵਾ ਦਿੰਦਾ ਤੁਹਾਨੂੰ, ਅਤੇ ਸਾਨੂੰ ਗੱਲਬਾਤ ਗੱਲਬਾਤ ਤਾਂ ਮਾੜੀ ਮੋਟੀ ਬੰਦਾ ਕਰਦਾ ਹੀ ਹੈ ਯਾਰ, ਕਿੰਨੀ ਸੋਹਣੀ ਜਗ੍ਹਾ, ਉਹ ਕਿੱਦਾਂ, ਸਾਰੇ ਉਹੀ ਗੱਲਾਂ ਕਰ ਰਹੇ ਆ। ਅੱਛਾ ਫਿਰ ਆਪ ਵੀ ਕਰੀ ਜਾਣ, ਹੈਂ, ਅਸੀਂ ਕਰੀਏ ਤਾਂ ਅਸੀਂ ਬੁਰੇ, ਉਹੀ ਗੱਲ ਹੈ। ਇਹਨਾਂ ਨੂੰ ਐਂ ਲੱਗਦਾ ਵੀ ਜੇ ਇਹ ਲੋਕ ਕਰਨ ਦੇ ਬੁਰੇ ਅਤੇ ਅਸੀਂ ਕਰੀਏ ਤਾਂ ਕੂਲ, ਉਹੀ ਹੈ, ਇਹ ਵੀ ਆਪਦੇ ਆਪ ਨੂੰ ਐਂ ਸਮਝਦੇ ਆ ਬਈ। ਚਲੋ ਇਹਦਾ ਟਰੈਵਲਿੰਗ ਦਾ ਇੱਕ ਪਾਰਟ ਹੈ, ਪਰ ਇੱਦਾਂ ਦੇ ਲੋਕ ਮਿਲਦੇ ਰਹਿਣਗੇ ਤੁਹਾਨੂੰ ਟਰੈਵਲਿੰਗ ਦੇ ਵਿੱਚ, ਚੰਗੇ ਮਾੜੇ। ਪਰ ਆਹ ਨਜ਼ਾਰਾ ਦੇਖੋ ਬਈ, ਵਾਹ, ਮਜ਼ੇਦਾਰ ਹੈ ਪੂਰਾ। ਹੁਣ ਚੱਲੀਏ, ਹਵਾ ਇੱਥੇ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ, ਫੀਲਸ ਲਾਈਕ ਜਿਹੜਾ ਨਾ ਮਾਈਨਸ ਹੋ ਰਿਹਾ, ਇੱਕ ਹੋ ਰਿਹਾ ਜਾਂ ਜ਼ੀਰੋ ਹੋ ਰਿਹਾ। ਵੈਸੇ ਟੈਂਪਰੇਚਰ 5-6 ਡਿਗਰੀ ਸੈਲਸੀਅਸ ਹੈ ਇੱਥੋਂ ਦਾ, ਔਰ ਹਵਾ ਯਾਰ ਇੰਨੀ ਤੇਜ਼, ਹਮੇਸ਼ਾ ਹਵਾ ਜਿਹੜੀ ਨਾ ਉਹ ਠੰਡ ਵਧਾ ਦਿੰਦੀ ਹੁੰਦੀ ਹੈ ਬਈ, ਬਿਲਕੁਲ ਹੱਥ ਠਾਰ ਹੀ ਗਏ, ਇੰਨੇ ਠਾਰ ਰਹੇ ਸੀ ਉੱਥੇ ਸਵਿਟਜ਼ਰਲੈਂਡ ਵੀ, ਨਾਲੇ ਉੱਥੇ ਇੰਨੀ ਬਰਫ਼ ਸੀਗੀ। ਛੇਤੀ ਛੇਤੀ ਹੁਣ ਆਪਾਂ ਬੱਸ ਦੇ ਵਿੱਚ ਚੱਲੀਏ। ਇਹ ਦੇਖੋ ਬਈ, ਉਸ਼ਵਾਇਆ ਸਿਟੀ ਟੂਰ, ਕਿੰਨੀ ਸ਼ਾਨਦਾਰ ਜੀ ਬੱਸ ਹੈ, ਇਹਦੇ ਨਾਲ ਵੀ ਆਪਾਂ ਫੋਟੋ ਖਿਚਾਵਾਂਗੇ ਬਈ। ਚੱਲੀਏ, ਡਰਾਈਵਰ ਸਾਹਿਬ ਵੀ ਆ ਗਏ ਅਤੇ ਬੈਠੀਏ ਆਪਾਂ। ਠੰਡ ਬਹੁਤ ਹੈ ਬਈ, ਮੀਂਹ ਵੀ ਪੈਣ ਲੱਗ ਗਿਆ। ਚਲੋ 2 ਮਿੰਟ ਲਈ ਜਿਹੜਾ ਰੁਕਿਆ ਸੀ ਆਪਣੇ ਲਈ ਰੁਕਿਆ ਸੀ ਲੱਗਦਾ ਮੀਂਹ ਵੀ। ਹੁਣ ਚੈਨ ਆਇਆ ਵੀ ਇਹਦੇ ਅੰਦਰ ਆ ਕੇ, ਲਓ ਵੀ ਦੁਬਾਰਾ ਫਿਰ ਚੱਲ ਪਈਏ ਬਸ ਹੁਣ ਲੈ ਕੇ ਆਪਾਂ ਨੂੰ। ਮਜ਼ਾ ਆ ਰਿਹਾ ਬਈ ਬੜਾ ਜ਼ਿਆਦਾ, $10 ਦੇ ਵਿੱਚ ਬਿਲਕੁਲ ਮਤਲਬ ਵਧੀਆ ਟੂਰ ਹੈ, ਇਹ ਜ਼ਰੂਰ ਲੈ ਸਕਦੇ ਹੋ ਤੁਸੀਂ। ਮਜ਼ੇਦਾਰ ਲੱਗ ਰਿਹਾ ਸ਼ਹਿਰ, ਮੈਨੂੰ ਬਹੁਤ ਪਸੰਦ ਆਇਆ ਬਈ। ਉੱਤੋਂ ਇਹਨਾਂ ਨੇ ਜਿਹੜਾ ਬੱਸ ਦੇ ਵਿੱਚ ਮਿਊਜ਼ਿਕ ਚਲਾਇਆ ਹੋਇਆ ਨਾ, ਬੜਾ ਪੁਰਾਣਾ ਜਿਹਾ ਅਤੇ ਬੜਾ ਨਜ਼ਾਰਾ ਆ ਰਿਹਾ ਉਹ ਮਿਊਜ਼ਿਕ ਸੁਣ ਕੇ ਵੀ। ਕੁਛ ਗੋਰੇ ਬਦਤਮੀਜ਼ ਆ ਜਿਹੜੇ ਬਦਤਮੀਜ਼ੀ ਕਰ ਰਿਹਾ, ਪਿੱਛੇ ਵਾਲੀਆਂ ਕੁੜੀਆਂ ਵੀ ਫੁੱਲ ਰੌਲਾ ਪਾ ਰਹੀਆਂ, ਉਹ ਵੀ ਕਹਿੰਦੀਆਂ ਬੋਲੀ ਜਾਣ ਦੋ ਉਹਨਾਂ ਨੂੰ, ਇੰਜੋਇਮੈਂਟ ਲਈ ਆਏ ਹੋ ਬਈ, ਬੰਦਾ ਗੱਲਬਾਤ ਕਰੂਗਾ। ਕੀ ਯਾਰ, ਹੱਦ ਹੀ ਹੋ ਗਈ ਅੱਜ ਦਾ, ਮਤਲਬ ਦੁਬਾਰਾ ਫਿਰ ਕਹਿ ਰਹੀ ਸੀਗੀ। ਮੈਂ ਕਿਹਾ ਯਾਰ ਹੁਣ ਥੱਲੇ ਜਾਂਦੇ ਉਹਨਾਂ ਨੂੰ ਪੁੱਛਣਾ ਵੀ ਯਾਰ ਤੁਸੀਂ ਈਅਰਫੋਨ ਕਿਉਂ ਨਹੀਂ ਦਿੱਤੇ, ਇਹਨਾਂ ਨੂੰ ਕਹੋ ਹਰੇਕ ਬੰਦੇ ਨੂੰ, ਪਰ ਕਿਤੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਨਹੀਂ ਬੋਲਣਾ, ਬੋਲੋ ਆਪਦਾ ਸ਼ਹਿਰ ਬਾਰੇ ਗੱਲਬਾਤ ਕਰਾਂਗੀ ਨਾ, ਵੀ ਹਾਂ ਵੀ ਆਹ ਦੇਖ ਰਿਹਾ ਉਹ ਦੇਖ ਰਿਹਾ ਇਹੀ ਗੱਲ ਕਰ ਰਿਹਾ, ਹੋਰ ਅਸੀਂ ਉਹ ਤਾਂ ਬਿਨਾਂ ਗੱਲ ਦਾ ਰੌਲਾ ਥੋੜ੍ਹੀ ਪਾ ਰਹੇ ਹਾਂ। ਵਾਪਸ ਆ ਗਏ ਅਤੇ ਦੁਬਾਰਾ ਫਿਰ ਲੜ ਪਏ ਸੀ ਵੀ, ਹੁਣ ਤਾਂ ਬਹੁਤ ਹੀ ਜ਼ਿਆਦਾ ਮਤਲਬ ਬਹਿਸੋ ਬਸਾਈ ਹੋ ਗਈ ਸੀ, ਮਤਲਬ ਬਿਲਕੁਲ ਹੀ ਗਾਲੀ ਗਲੋਚ ਟਾਈਪ ਦਾ ਕੰਮ ਹੋ ਗਿਆ ਸੀ। ਮੈਂ ਦੱਸਦਾ ਤੁਹਾਨੂੰ ਥੱਲੇ ਜਾ ਕੇ ਕੀ ਹੋਇਆ, ਹਾਲਾਂਕਿ ਅਸੀਂ ਨਹੀਂ ਬੋਲੇ ਸੀਗੇ, ਪਿੱਛੇ ਵਾਲੀਆਂ ਕੁੜੀਆਂ ਬੋਲ ਰਹੀਆਂ ਸੀਗੀਆਂ ਅਤੇ ਇਹਨੇ ਸਾਨੂੰ ਬੋਲਤਾ, ਫਿਰ ਅਸੀਂ ਵੀ ਅੱਗੋਂ ਗਰਮ ਹੋ ਗਏ ਸੀ। ਦੱਸਦਾ ਮੈਂ ਤੁਹਾਨੂੰ ਕੀ ਹੋਇਆ, ਥੱਲੇ ਚੱਲ ਕੇ ਦੱਸਦਾ, ਹੁਣ ਬਸ ਐਂਡ ਹੋਣ ਵਾਲਾ ਟੂਰ, ਉੱਥੇ ਸ਼ਾਇਦ ਬੱਸ ਰੁਕੂਗੀ ਜਿੱਥੋਂ ਚੱਲੀ ਸੀਗੀ। ਉਹ ਲਿਖਿਆ ਸਾਹਮਣੇ ਆਈ ਲਵ ਉਸ਼ਵਾਇਆ, ਅਤੇ ਉਹ ਸਾਹਮਣੇ ਪਿੱਛੇ ਕੁਛ ਘਰ ਬਣੇ ਹੋਏ ਨੇ, ਬੜੇ ਪਿਆਰੇ ਲੱਗ ਰਹੇ ਨੇ ਬਈ। ਇੱਥੋਂ ਸ਼ੁਰੂ ਕੀਤਾ ਸੀ ਟੂਰ ਅਤੇ ਇੱਥੇ ਹੀ ਆਪਾਂ ਵਾਪਸ ਆ ਗਏ ਹਾਂ। ਆਪ ਵੀ ਤੰਗ ਹੋਏ ਅਤੇ ਸਾਨੂੰ ਵੀ ਤੰਗ ਕੀਤਾ, ਟ੍ਰਿਪ ਨੂੰ ਕੀਤਾ ਖਤਮ, ਅਤੇ ਹੁਣ ਚੱਲਦੇ ਹਾਂ ਥੱਲੇ, ਥੱਲੇ ਚੱਲ ਕੇ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ। ਚਲੋ ਜੀ ਚਲੋ ਜੀ ਚਲੋ।
ਆ ਗਏ। ਇੱਕ ਇਹਨਾਂ ਨੇ ਫ੍ਰੀ ਚੋਕਲੇਟ ਦਾ ਕੂਪਨ ਦਿੱਤਾ ਕਿ ਹੌਟ ਚੋਕਲੇਟ ਤੁਹਾਨੂੰ ਮਿਲੂਗਾ ਅਤੇ ਲੈ ਸਕਦੇ ਹਾਂ। ਉਹ ਤਿੰਨ ਕੁੜੀਆਂ ਵੀ ਬਈ ਤੰਗ ਹੋ ਗਈਆਂ ਬਈ, ਉਹ ਵਿਚਾਰੀਆਂ ਗੱਲ ਕਰ ਰਹੀਆਂ ਸੀ, ਅਸੀਂ ਤਾਂ ਚਲੋ ਆਪਦਾ ਨੋਰਮਲ ਮਤਲਬ ਉਸ ਤੋਂ ਬਾਅਦ ਆਪਦਾ ਬੈਠ ਕੇ ਆਇਆ ਗਿਆ। ਚੱਲ ਕੀ ਹੈ ਯਾਰ, ਸਟਾਰਟਿੰਗ 'ਚ ਇਸ ਬੰਦੇ ਨੂੰ ਨਹੀਂ ਕਹਿਣਾ ਚਾਹੀਦਾ ਸੀ, ਅਸੀਂ ਕਿਹੜਾ ਇੰਨੇ ਪਾਗਲ ਆ। ਮੈਂ ਇੱਕ ਮਿੰਟ ਆ ਸਿੱਟ ਕੇ ਆਇਆ ਬਈ, ਕੁੜੀਆਂ ਵਿਚਾਰੀਆਂ ਕੋਈ ਗੱਲ ਕਰ ਰਹੀਆਂ ਸੀ ਅਤੇ ਬਈ ਉਹ ਪਿੱਛੇ ਮੁੜਿਆ, ਮੁੜ ਕੇ ਕਹਿੰਦਾ ਸ਼ਟ ਅਪ, ਸ਼ਟ ਉੱਚੀ ਉੱਚੀ ਬੋਲਣ ਲੱਗ ਗਿਆ। ਮੈਂ ਵੀ ਕਹਤਾ ਯੂ ਸ਼ਟ ਅਪ, ਮੈਂ ਵੀ ਤੈਨੂੰ ਇੰਨੀ ਦਿੱਕਤ ਆ ਤੂੰ ਲੈ ਲਾ ਯਾਰ। ਮੈਂ ਕਹਿੰਦਾ ਇੱਦਾਂ ਕਹਿਣਾ ਨਹੀਂ ਹੁੰਦਾ, ਮੈਂ ਬੜਾ ਕੂਲ ਰਹਿੰਦਾ ਹੁੰਦਾ ਇਸ ਚੀਜ਼ ਦੇ ਵਿੱਚ। ਕਮਾਲ ਦੀ ਗੱਲ ਆ ਵੀ ਜੇ ਤੂੰ ਤਕਲੀਫ ਹੈ ਤੂੰ ਹੁਣ ਲੈ ਲਾ ਈਅਰਫੋਨ, ਉਹ ਕਿਹੜਾ ਮਨਾ ਕਰ ਰਹੀ ਆ, ਜਾ ਕੇ ਲੈ ਲਾ, ਉੱਥੇ ਪਏ ਆ, $2 ਨਹੀਂ ਲਾਉਣੇ ਅਤੇ ਬਦਤਮੀਜ਼ੀ ਕਰਨੀ ਆ। ਅਤੇ ਬਈ ਇਹਨਾਂ ਬੜੇ ਗੋਰਿਆਂ 'ਚ ਆਦਤ ਹੁੰਦੀ ਹੈ, ਯਕੀਨ ਮੰਨਿਓ ਬੜੇ ਗੋਰਿਆਂ 'ਚ ਆਦਤ ਹੁੰਦੀ, ਉਹ ਆਪਦੇ ਆਪ ਨੂੰ ਬਹੁਤ ਉਹ ਚੰਗਾ ਸਮਝਦੇ ਜੇ ਕੋਈ ਗੋਰਾ। ਉਹ ਕੁੜੀਆਂ ਵੀ ਮਤਲਬ ਕਿਤੇ ਹੋਰ ਦੀਆਂ ਨੇ, ਮਤਲਬ ਕਹਿਣ ਦਾ ਮਤਲਬ ਇਹਨਾਂ ਗੋਰਿਆਂ ਵਾਲੀਆਂ ਕੰਟਰੀਆਂ 'ਚੋਂ ਨਹੀਂ ਹੈਗੀਆਂ, ਜਾਂ ਤਾਂ ਕੋਈ ਸਾਊਥ ਅਮੈਰੀਕਨ ਕੰਟਰੀ ਆ, ਕਿਸੇ ਹੋਰ ਕਿਸੇ ਕੰਟਰੀ ਦੀਆਂ ਨੇ। ਬਈ ਇਹਨਾਂ ਨੂੰ ਆਦਤ ਹੁੰਦੀ ਹੈ ਕਿ ਜੇ ਕੋਈ ਗੋਰਾ ਬੋਲ ਰਿਹਾ ਤਾਂ ਕੋਈ ਚੱਕਰ ਨਹੀਂ, ਕੂਲ ਆ ਉਹ, ਜੇ ਕੋਈ ਦੂਜਾ ਬੋਲ ਰਿਹਾ ਤਾਂ ਉਹਨੂੰ ਬਦਤਮੀਜ਼ ਸਮਝਦੇ ਵੀ ਅਸੀਂ ਬੋਲੇ ਵੀ ਕੀ ਹਾਂ, ਅਸੀਂ ਆਪ ਹੀ ਚੁੱਪ ਹੋ ਜਾਣਾ ਯਾਰ, ਅਸੀਂ ਤਾਂ ਗੱਲ ਕਰ ਰਹੇ ਹਾਂ, ਹਾਲੇ ਬਸ ਚੱਲੀ ਨਹੀਂ ਸੀ ਪਹਿਲਾਂ ਹੀ। ਚਲੋ ਜੋ ਵੀ ਜਿੰਨੀ ਕੋਲ 'ਚ ਮੱਤ ਸੀ ਉਹਨੇ ਵਰਤ ਲਈ ਅਤੇ ਅਸੀਂ ਕੂਲ ਰਹੇ, ਕੋਈ ਇੱਦਾਂ ਦੀ ਨੌਬਤ ਨਹੀਂ ਆਈ, ਪਰ ਉਹਨੇ ਤਾਂ ਪੂਰਾ ਲੜਨ ਵਾਲਾ ਮਾਹੌਲ ਬਣਾ ਲਿਆ ਸੀਗਾ। ਛੱਡੋ ਜੋ ਵੀ ਆ, ਅਤੇ ਹੁਣ ਆਪਾਂ ਚੱਲਦੇ ਹਾਂ ਥੋੜ੍ਹਾ ਬਹੁਤ ਹੋਰ ਸ਼ਹਿਰ ਦੇਖਦੇ ਹਾਂ ਅਤੇ ਇਹਨਾਂ ਦੀ ਹੌਟ ਚੋਕਲੇਟ ਦਾ ਵੀ ਆਨੰਦ ਮਾਣਦੇ ਹਾਂ। ਬਈ ਆਹ ਦੇਖੋ ਇਹ ਜਾ ਰਹੇ ਆ ਅੱਗੇ, ਅਤੇ ਹੁਣ ਆਪ ਕਿਉਂ ਪੀ ਰਹੇ ਹੋ ਬਈ ਸਿਗਰਟ? ਪੀ ਰਹੇ ਹੋ, ਇੱਥੇ ਮਨਾ ਹੈ, ਪਬਲਿਕ 'ਚ ਨਹੀਂ ਪੀ ਸਕਦੇ, ਇੱਥੇ ਕਈ ਥਾਵਾਂ 'ਤੇ ਲਿਖਿਆ ਹੋਇਆ ਪਬਲਿਕ ਪਲੇਸ 'ਤੇ ਸਿਗਰਟ ਨਹੀਂ ਪੀਣੀ। ਉਹ ਕੁੜੀਆਂ ਵੀ ਉੱਥੇ ਖੜੀਆਂ ਹੋਈਆਂ ਬਈ, ਅਤੇ ਇਹਦੇ 'ਤੇ ਮਿਲੂਗਾ ਬਈ ਹੌਟ ਚੋਕਲੇਟ, ਅਤੇ ਪੀ ਕੇ ਚੱਲਦੇ ਹਾਂ ਫਿਰ। ਲਓ ਵੀ ਇਸ ਦੁਕਾਨ 'ਤੇ ਆ ਕੇ ਆਪਾਂ ਨੂੰ ਮਿਲ ਗਏ ਹੌਟ ਚੋਕਲੇਟ। ਇੱਥੇ ਕੁਛ ਟੇਸਟ ਕਰਨ ਲਈ ਚੋਕਲੇਟਸ ਪਈਆਂ ਹੋਈਆਂ ਸੀ, ਉਹ ਵੀ ਮੈਂ ਕਰ ਲਈ, ਅਤੇ ਹੁਣ ਆਪਾਂ ਹੌਟ ਚੋਕਲੇਟ ਪੀਂਦੇ ਹਾਂ। ਹੌਟ ਚੋਕਲੇਟ ਪੀ ਕੇ ਆ ਗਏ। ਇਹ ਵੈਸੇ ਨਾ ਇੱਕ ਟ੍ਰਿਕ ਆ ਉਹਨਾਂ ਦੀ, ਵੈਸੇ ਚਲੋ ਵਧੀਆ, ਆਪਾਂ ਨੂੰ ਤਾਂ ਕੀ ਹੈ ਕਿ ਉਸ ਦੁਕਾਨ 'ਚ ਭੇਜਣ ਦੀ ਚੋਕਲੇਟਸ ਹੈ, ਕਿਸੇ ਨੂੰ ਪਸੰਦ ਹੋਣ ਤਾਂ ਲੈ ਸਕਦੇ ਹੋ, ਪਰ ਮੈਂ ਤਾਂ ਵੈਸੇ ਹਲੇ ਥੋੜ੍ਹੀ ਦੇਰ ਪਹਿਲਾਂ ਚੋਕਲੇਟ ਖਾ ਕੇ ਹਟਿਆ ਸੀਗਾ। ਪੂਰੀ ਗਲੀ ਦੇ ਵਿੱਚੋਂ ਬਈ ਆਹ ਬਿਲਡਿੰਗ ਤੁਹਾਨੂੰ ਦਿਖਦੀ ਰਹੂਗੀ, ਇਹਨਾਂ ਦੀ ਚਰਚ ਹੈ ਬਈ, ਮੇਨ ਚਰਚ ਹੈ ਇੱਥੇ ਬਣੀ ਹੋਈ, ਅਤੇ ਸੋਹਣੀ ਲੱਗਦੀ ਹੈ। ਜਦੋਂ ਨੂੰ ਅੰਟਾਰਟਿਕਾ ਤੋਂ ਵਾਪਸ ਆਵਾਂਗੇ ਮੈਨੂੰ ਲੱਗਦਾ ਇੱਥੇ ਇੱਕ ਅੱਧੀ ਵਾਰੀ ਬਰਫ਼ ਪੈ ਜੂਗੀ, ਕਿਉਂਕਿ ਬਈ ਠੰਡ ਵੱਧਦੀ ਜਾ ਰਹੀ ਹੈ। ਅਸੀਂ ਇਸ ਰੈਸਟੋਰੈਂਟ 'ਚ ਆ ਗਏ, ਪੀਜ਼ਾ ਮੰਗਾਇਆ ਬਈ, ਇਹ ਕੀ ਹੈ ਪੀਜ਼ੇ ਦਾ ਕੁਛ ਬੇਸ ਦੇਖ ਨਹੀਂ ਰਿਹਾ, ਸਬਜ਼ੀਆਂ ਪਤਾ ਨਹੀਂ ਕੀ ਹੈ, ਲੱਗ ਰਿਹਾ ਕਿ ਟੇਸਟੀ ਹੋਊਗਾ, ਪਰ ਬਈ ਖਾਣਾ ਕਿੱਦਾਂ, ਮਾਹੌਲ ਹੀ ਮਤਲਬ ਇੱਦਾਂ ਕਰਤਾ। ਚਲੋ ਖਾਂਦੇ ਹਾਂ। ਰੈਸਟੋਰੈਂਟ 'ਤੇ ਖਾਣਾ ਖਾ ਲਿਆ, ਇੱਥੇ ਬਿੱਲ ਆਇਆ ਕੁਛ 11,500, ਮਤਲਬ $11-12, ਸਹੀ ਸੀਗਾ। ਪੀਜ਼ਾ ਬੜਾ ਵਧੀਆ ਸੀ ਇਹਨਾਂ ਦਾ, ਮਤਲਬ ਸਹੀ ਲੱਗਿਆ, ਉੱਦਾਂ ਮਤਲਬ ਡਿਫਰੈਂਟ ਜਿਹਾ ਸੀਗਾ ਪਰ ਸਹੀ ਸੀ। ਚਲੋ ਮਤਲਬ ਇਹਨੂੰ ਮੈਂ 10 ਚੋਂ 5 ਜਾਂ 6 ਨੰਬਰ ਦੇ ਸਕਦਾ ਇਸ ਰੈਸਟੋਰੈਂਟ ਦੇ ਖਾਣੇ ਨੂੰ, ਬਾਕੀਆਂ ਨਾਲੋਂ ਮਤਲਬ ਠੀਕ ਲੱਗਿਆ ਹੁਣ ਤੱਕ ਤਾਂ ਜਿੱਥੇ ਵੀ ਖਾਧਾ, ਕਿ ਬਈ ਇੰਡੀਅਨ ਰੈਸਟੋਰੈਂਟ ਮਿਲ ਜਾਂਦਾ ਤਾਂ ਕਿਆ ਬਦਤਮੀਜ਼ੀ ਹੈ ਇਹ, ਇਸ 'ਤੇ ਪਤਾ ਚੱਲ ਅੱਛਾ ਯਹੀ ਤਾਂ ਹੋਤਾ ਹੈ ਇੰਡੀਆ ਕੇ ਬੰਦੇ, ਯਹੀ ਕਹਤੇ ਹੈ ਨਾ ਡਕਾਰ ਆ ਗਈ ਮਤਲਬ ਪੇਟ ਭਰ ਗਿਆ, ਯਹੀ ਤਾਂ ਕਹਤੇ ਹੈ, ਪੇਟ ਹੀ ਭਰਿਆ ਮਤਲਬ ਪਰ ਪੈਪਸੀ ਸੇ, ਪੈਪਸੀ ਨਾਲ। ਚਲੋ ਜੋ ਵੀ ਹੈ ਹੁਣ ਉਬਰ ਬੁੱਕ ਕੀਤੀ ਹੈ ਅਤੇ ਚੱਲਦੇ ਹਾਂ ਬਈ। ਆ ਗਈ ਲੱਗਦਾ ਟੈਕਸੀ, ਹਾਂ ਯਾਰ ਸ਼ੈਵਰਲੇ ਦੀ ਹੁੰਦੀ ਹੈ, ਕੈਪਟਿਵਾ, ਕੈਪਟਿਵਾ ਸ਼ੈਵਰਲੇ ਦੀ ਹੀ ਹੁੰਦੀ ਆ ਬਈ, ਤਾਂ ਸਮਝ ਨਹੀਂ ਲੱਗੀ ਬਈ ਪਤਾ ਨਹੀਂ ਕਿੱਥੇ ਹੈ ਉਹ, ਇਹ ਤਾਂ ਨਹੀਂ ਕਰਦਾ ਬਈ। ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਜੇਕਰ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਫੋਲੋ ਕਰ ਸਕਦੇ ਹੋ, ਅਤੇ ਜਲਦੀ ਹੀ ਆਪਣਾ ਅੰਟਾਰਟਿਕਾ ਦਾ ਟ੍ਰਿਪ ਸ਼ੁਰੂ ਹੋਣ ਵਾਲਾ, ਅਤੇ ਜੁੜੇ ਰਹੋ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰੋ। ਸੋ ਚੰਗਾ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।